ਵਧੀਆ ਹੋ ਰਿਹਾ ਇਹ ਅਸੀਂ ਤੁਹਾਡੇ ਤੋਂ ਅਸੀਂ ਦਰਸ਼ਨਾਂ ਤੋਂ ਜਾਣਾਂਗੇ ਅਤੇ ਮੇਰੇ ਜਿਹੜੇ ਸਾਥੀ ਜੀ ਹੈਗੇ ਆ ਸਾਡੇ ਟੀਨਾ ਬਖਸ਼ੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਤੇ ਤੁਹਾਡਾ ਵੀ ਵੈਲਕਮ ਹਮੇਸ਼ਾ ਦੀ ਤਰ੍ਹਾਂ ਟੀਨਾ ਜੀ ਅਸੀਂ ਅੱਜ ਗੱਲਬਾਤ ਕਰਨੀ ਆ ਕਿ ਤੁਹਾਨੂੰ ਪਤਾ ਕਿ ਅੱਜ ਕੱਲ੍ਹ ਲੜਕੀਆਂ ਜਿਹੜੀਆਂ ਬਹੁਤ ਤਰੱਕੀ ਕਰ ਰਹੀਆਂ ਇੱਥੇ ਵੀ ਤਾਂ ਪਿੱਛੇ ਬੈਕ ਹੋਮ ਵੀ ਅਤੇ ਇਹਦੇ ਵਿੱਚ ਸਾਨੂੰ ਖੁਸ਼ੀ ਵੀ ਹੁੰਦੀ ਜਦੋਂ ਪੇਰੈਂਟਸ ਨੂੰ ਪਤਾ ਚੱਲਦਾ ਕਿ ਜਿਸ ਤਰ੍ਹਾਂ ਕਿ ਲੜਕੀਆਂ ਨਾਲ ਅੱਜ ਕੱਲ੍ਹ ਹੋ ਰਿਹਾ ਤਾਂ ਫਿਰ ਵੀ ਉਹਦੇ ਬਾਵਜੂਦ ਵੀ ਇੰਨੀ ਤਰੱਕੀ ਹੋ ਰਹੀ ਆ ਅਤੇ ਤੁਹਾਨੂੰ ਕੀ ਲੱਗਦਾ ਸਾਡੀ ਸੁਸਾਇਟੀ 'ਤੇ ਜੋ ਲੜਕੀਆਂ ਤਰੱਕੀ ਕਰ ਰਹੀਆਂ ਆ ਲੜਕਿਆਂ ਨਾਲ ਜ਼ਿਆਦਾ ਕਮਾ ਰਹੀਆਂ ਕੋਈ ਇਹਦਾ ਅਸਰ ਪੈ ਰਿਹਾ ਆ ਅਸਰ ਇੱਦਾਂ ਹੈਗਾ ਕਿ ਪੋਜ਼ਿਟਿਵ ਨੋਟ 'ਤੇ ਦੇਖਿਆ ਜਾਏ ਤਾਂ ਕੁੜੀਆਂ ਨੂੰ ਅਸੀਂ ਇੰਪਾਵਰ ਕਰਦੇ ਹਾਂ ਠੀਕ ਹੈ ਉਹ ਇੰਡੀਪੈਂਡੈਂਟ ਇਕਨੋਮਿਕਲੀ ਬਹੁਤ ਹੋ ਗਈਆਂ ਠੀਕ ਹੈ ਔਰ ਦੇਖਿਆ ਜਾਏ ਜਿਹੜੀਆਂ ਅਸੀਂ ਰਿਸਰਚਿਸ ਜਾਂ ਸਟੱਡੀਜ਼ ਦੇਖੀਏ ਕੁੜੀਆਂ ਅੱਜ ਕੱਲ੍ਹ ਮੁੰਡਿਆਂ ਨਾਲੋਂ ਜ਼ਿਆਦਾ ਸਕਸੈਸਫੁੱਲ ਹੈ ਜੀ ਠੀਕ ਹੈ ਉਹਦੇ ਨਾਲ ਇਹ ਹੋ ਰਿਹਾ ਰਿਸ਼ਤਿਆਂ 'ਚ ਇਨਸਿਕਿਉਰਿਟੀਜ਼ ਬਹੁਤ ਆ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਜਿੱਦਾਂ ਕਿ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਮੇਰੀ ਲੜਕੀ ਪੜ੍ਹੀ ਲਿਖੀ ਹੁੰਦੀ ਆ ਤੇ ਜਿਹੜਾ ਲੜਕਾ ਉਹਦੇ ਨਾਲ ਥੋੜਾ ਘੱਟ ਪੜਿਆ ਹੁੰਦਾ ਹਾਂਜੀ ਤੇ ਇਹਦੇ ਨਾਲ ਵੀ ਥੋੜਾ ਬਹੁਤਾ ਉਹਨਾਂ ਦੀ ਮੈਰਿਜ ਤੇ ਇਫੈਕਟ ਪੈ ਰਿਹਾ ਇਹ ਹੈਗਾ ਕਿ ਜਿਹੜਾ ਇੱਕ ਰਿਲੇਸ਼ਨਸ਼ਿਪ ਹੈਗਾ ਜੀ ਉਸ 'ਚ ਕਿਤੇ ਨਾ ਕਿਤੇ ਤੁਹਾਨੂੰ ਪਤਾ ਹੀ ਹੈ ਕਿ ਗਿਵ ਐਂਡ ਟੇਕ ਤਾਂ ਚੱਲਦਾ ਹੈ ਪਰ ਕਈ ਜਗ੍ਹਾਵਾਂ 'ਤੇ ਬਹੁਤ ਕੇਸਿਸ ਇਹੋ ਜਿਹੇ ਵੀ ਹੈਗੇ ਆ ਤੁਸੀਂ ਵੀ ਦੇਖਦੇ ਹੋ ਅਸੀਂ ਵੀ ਜੀ ਦੇਖੇ ਹੈਗੇ ਆ ਕਮਿਊਨਿਟੀ ਦੇ ਅੰਦਰ ਕਿ ਜਿੱਥੇ ਕੁੜੀ ਜਿਹੜੀ ਜ਼ਿਆਦਾ ਐਜੂਕੇਟਿਡ ਹੈ ਜਾਂ ਉਸ ਕੋਲ ਬੈਟਰ ਜੋਬ ਹੈ ਉਹਦਾ ਉਹਦੇ ਰਿਲੇਸ਼ਨਸ਼ਿਪਸ 'ਤੇ ਪਰਸਨਲ ਰਿਲੇਸ਼ਨਸ਼ਿਪਸ 'ਤੇ ਬਹੁਤ ਫਰਕ ਪੈਂਦਾ ਇੱਕ ਤਾਂ ਇਹ ਹੈਗਾ ਕਿ ਸਟਰੋਂਗ ਹੈਡਡ ਬਹੁਤ ਹੈਗੀਆਂ ਨੇ ਕੁੜੀਆਂ ਅੱਜ ਕੱਲ੍ਹ ਦੀਆਂ ਹੈ ਨਾ ਐਟੀਟਿਊਡ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਹੈਗੀ ਹੈ ਇਹ ਨਹੀਂ ਕਿ ਮੈਂ ਐਜੂਕੇਸ਼ਨ ਦੇ ਅਗੇਂਸਟ ਹੈਗੀ ਮੈਂ ਕਹਿੰਦੀ ਹਾਂ ਬੱਚਿਆਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਐਂਡ ਇਟਸ ਵੈਰੀ ਇੰਪੋਰਟੈਂਟ ਠੀਕ ਹੈ ਇੰਡੀਪੈਂਡੈਂਟ ਇਕਨੋਮਿਕ ਇੰਡੀਪੈਂਡੈਂਸ ਹੋਣੀ ਬਹੁਤ ਜ਼ਰੂਰੀ ਹੈ ਔਰ ਅੱਜ ਕੱਲ੍ਹ ਦੇ ਟਾਈਮ 'ਚ ਬਹੁਤ ਡਿਫੀਕਲਟ ਵੀ ਹੈ ਇੱਕ ਵੇਟ 'ਤੇ ਸਰਵਾਈਵ ਕਰਨਾ ਜੀ ਪਰ ਟੂ ਬੈਲੈਂਸ ਐਵਰੀਥਿੰਗ ਟੂ ਫਾਇੰਡ ਅ ਫਾਈਨ ਬੈਲੈਂਸ ਇਟਸ ਵੈਰੀ ਇੰਪੋਰਟੈਂਟ ਅਸੀਂ ਆਪਣੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਦੱਸ ਦਈਏ ਕਿ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਕਿ ਜਿਹੜੀਆਂ ਅੱਜ ਕੱਲ੍ਹ ਲੜਕੀਆਂ ਜਿਹੜੀਆਂ ਲੜਕਿਆਂ ਨਾਲੋਂ ਜ਼ਿਆਦਾ ਪੜ੍ਹੀਆਂ ਅਤੇ ਬਹੁਤ ਅੱਛੀਆਂ ਜੋਬਾਂ 'ਤੇ ਲੱਗੀਆਂ ਅਤੇ ਉਹਨਾਂ ਦਾ ਤੁਹਾਨੂੰ ਕੀ ਲੱਗਦਾ ਹੈ ਕਿ ਸਾਡੀ ਸੁਸਾਇਟੀ 'ਤੇ ਕੋਈ ਅਸਰ ਪੈ ਰਿਹਾ ਜਾਂ ਜਦੋਂ ਉਹ ਮੈਰਿਜ ਕਰਕੇ ਆਪਣੇ ਇਨ-ਲੋਜ਼ ਦੇ ਘਰ ਆਉਂਦੀਆਂ ਉਹਨਾਂ 'ਤੇ ਵੀ ਕੋਈ ਅਸਰ ਪੈ ਰਿਹਾ ਅਤੇ ਉਹਨਾਂ ਦੀ ਜਿਹੜੀ ਮੈਰਿਜ ਲਾਈਫ ਹੈ ਉਹਨਾਂ 'ਤੇ ਵੀ ਕੋਈ ਅਸਰ ਪੈ ਰਿਹਾ ਅਗਰ ਤੁਹਾਨੂੰ ਲੱਗਦਾ ਕਿ ਪੈ ਰਿਹਾ ਆ ਅਸਰ ਜਦੋਂ ਲੜਕੀ ਜ਼ਿਆਦਾ ਪੜ੍ਹੀ ਲਿਖੀ ਆਉਂਦੀ ਆ ਘਰ ਦੇ ਵਿੱਚ ਤਾਂ ਤੁਸੀਂ ਵੀ ਆਪਣੇ ਜਿਹੜੇ ਸੁਝਾਅ ਆ ਸਾਡੇ ਨਾਲ ਸਾਂਝੇ ਕਰ ਸਕਦੇ ਆ ਅਤੇ ਟੀਨਾ ਜੀ ਜਦੋਂ ਇੱਕ ਵਾਰੀ ਤੁਸੀਂ ਪਹਿਲਾਂ ਤਾਂ ਆਪਾਂ ਚਾਹੁੰਦੇ ਹਾਂ ਕਿ ਸਾਡੀ ਮਤਲਬ ਜਿਹੜਾ ਲੜਕਾ ਉਹਦੀ ਜਿਹੜੀ ਆ ਕਹਿ ਲਓ ਕਿ ਉਹਦੀ ਜਿਹੜੀ ਜਿੰਨਾ ਮੈਰਿਜ ਕਰਨੀ ਆ ਲੜਕੀ ਪੜ੍ਹੀ ਲਿਖੀ ਹੋਵੇ ਅਸੀਂ ਹਮੇਸ਼ਾ ਇਹੀ ਚਾਹੁੰਦੇ ਹਾਂ ਐਕਸਪੈਕਟੇਸ਼ਨਸ ਹੈ ਹਾਂਜੀ ਉਹ ਅਸੀਂ ਅੱਜ ਕੱਲ੍ਹ ਦਾ ਜਿਹੜਾ ਕੀ ਕਹਿੰਦੇ ਆ ਨਾ ਤੁਸੀਂ ਕਹਿ ਦਿਓ ਕਿ ਜਿਹੜੀ ਅੱਜ ਕੱਲ੍ਹ ਦੀ ਸਿਚੁਏਸ਼ਨ ਹੈ ਉਸ ਨਾਲ ਅਸੀਂ ਐਕਸਪੈਕਟ ਕਰਦੇ ਹਾਂ ਕਿ ਕੁੜੀ ਪੜ੍ਹੀ ਲਿਖੀ ਵੀ ਹੋਣੀ ਚਾਹੀਦੀ ਹੈ ਜੀ ਸੋਹਣੀ ਵੀ ਹੋਣੀ ਚਾਹੀਦੀ ਹੈ ਔਰ ਉਸ ਕੋਲ ਜੋਬ ਵੀ ਅੱਛੀ ਹੋਣੀ ਚਾਹੀਦੀ ਹੈ ਘਰ ਦਾ ਕੰਮ ਵੀ ਕਰੇ ਘਰ ਦਾ ਕੰਮ ਵੀ ਕਰੇ ਐਕਸਪੈਕਟੇਸ਼ਨਸ ਬਹੁਤ ਜ਼ਿਆਦਾ ਹੈ ਪਰ ਅਸੀਂ ਕਿਤੇ ਨਾ ਕਿਤੇ ਸਪੋਰਟ ਨਹੀਂ ਪਾਉਂਦੇ ਪਰ ਜਦ ਉਹ ਕੀ ਕਹਿੰਦੇ ਆ ਕੁੜੀ ਤੋਂ ਇੰਨਾ ਸਾਰਾ ਕੁਛ ਨਹੀਂ ਹੈਂਡਲ ਹੁੰਦਾ ਕਿਤੇ ਨਾ ਕਿਤੇ ਫਰਸਟ੍ਰੇਸ਼ਨ ਨਿਕਲਦੀ ਹੈ ਫਿਰ ਉਹ ਵੀ ਕੁੜੀ 'ਤੇ ਹੀ ਬਲੇਮ ਆਉਂਦਾ ਹਾਂਜੀ ਅਸੀਂ ਇਹ ਨਹੀਂ ਦੇਖਦੇ ਸਾਡੀ ਗਲਤੀ ਕਿੱਥੇ ਆਈ ਆ ਕਿ ਅਸੀਂ ਉਹਨੂੰ ਸਪੋਰਟ ਕੀਤਾ ਜਾਂ ਨਹੀਂ ਕੀਤਾ ਤਾਂ ਅਗਰ ਅਸੀਂ ਇਹ ਚਾਹੁੰਦੇ ਹਾਂ ਕਿ ਅੱਜ ਦੀ ਕੁੜੀ ਜਾ ਕੇ ਕੰਮ ਕਰੇ ਪੈਸੇ ਲੈ ਕੇ ਆਵੇ ਠੀਕ ਹੈ ਐਜੂਕੇਟ ਕਰਦੀ ਹੈ ਆਪਣੇ ਆਪ ਨੂੰ ਤੁਸੀਂ ਦੇਖਿਆ ਪਰਮਿੰਦਰ ਜੀ ਕਿੰਨੀਆਂ ਕੁੜੀਆਂ ਐਸੀਆਂ ਜਿਹੜੀਆਂ ਵਿਆਹੀਆਂ ਵੀ ਹੋਈਆਂ ਬੱਚੇ ਵੀ ਹੈਗੇ ਔਰ ਪੜ੍ਹ ਵੀ ਰਹੀਆਂ ਔਰ ਨੌਕਰੀ ਵੀ ਕਰਦੀਆਂ ਘਰ ਵੀ ਸਾਂਭਦੀਆਂ ਮਤਲਬ ਸਾਰੀ ਜਿਹੜੀ ਜ਼ਿੰਮੇਵਾਰੀ ਘਰ ਦੀ ਬਾਹਰ ਦੀ ਸਾਰੀ ਜ਼ਿੰਮੇਵਾਰੀ ਲੈ ਰਹੇ ਹਾਂਜੀ ਲੇਕਿਨ ਜਦੋਂ ਇਹਨਾਂ ਲੜਕੀਆਂ ਨੂੰ ਕਦੋਂ ਮਤਲਬ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਆ ਇਨ-ਲੋਸ ਦੇ ਨਾਲ ਜਾਂ ਆਪਣੇ ਹਸਬੈਂਡ ਜਦੋਂ ਕਿਉਂਕਿ ਕਈ ਵਾਰ ਦੇਖਿਆ ਐਜੂਕੇਟਿਡ ਜਿਹੜੀਆਂ ਗਰਲਜ਼ ਆ ਉਹਨਾਂ ਨੂੰ ਵੀ ਪਰੇਸ਼ਾਨੀਆਂ ਕਾਫੀ ਆ ਰਹੀਆਂ ਪਰਮਿੰਦਰ ਜੀ ਉਹ ਇਹ ਵੀ ਹੈਗਾ ਇਹ ਨਹੀਂ ਹੈਗਾ ਕਿ ਜਿਹੜੀਆਂ ਕੁੜੀਆਂ ਰਿਲੇਸ਼ਨਸ਼ਿਪਸ 'ਚ ਹੈਗੀਆਂ ਹੈ ਜਿਹੜੀਆਂ ਕੁੜੀਆਂ ਸਿੰਗਲ ਵੀ ਰਹਿ ਲਈਆਂ ਉਹਨਾਂ ਨੂੰ ਵੀ ਫੈਮਿਲੀ ਪ੍ਰੈਸ਼ਰਸ ਬਹੁਤ ਪੈਂਦੇ ਆ ਕਿਉਂਕਿ ਜਿਹੜੀਆਂ ਆਊਟਰ ਵਰਲਡ ਦੀਆਂ ਡਿਮਾਂਡਸ ਹੈਗੀਆਂ ਉਹਨਾਂ ਨੂੰ ਮੀਟ ਕਰਨ ਲਈ ਕਿਤੇ ਨਾ ਕਿਤੇ ਸੋਸ਼ਲੀ ਵੀ ਜਾਣਾ ਪੈਂਦਾ ਕਿਤੇ ਨਾ ਕਿਤੇ ਪਰ ਇਹ ਹੈਗਾ ਕਿ ਪੇਰੈਂਟਸ ਦੇ ਰਿਸਟ੍ਰਿਕਸ਼ਨਸ ਹੋਰ ਤਰ੍ਹਾਂ ਦੇ ਹੁੰਦੇ ਆ ਹਾਂਜੀ ਠੀਕ ਹੈ ਪੇਰੈਂਟਸ ਨੂੰ ਇਹ ਲੱਗਦਾ ਕਿ ਬੱਚਾ ਸੁਣ ਨਹੀਂ ਰਿਹਾ ਹਾਂਜੀ ਪਰ ਉਹ ਹੈਗਾ ਕਿ ਬੱਚੇ ਨੂੰ ਆਪਣੇ ਪੇਰੈਂਟਸ ਨੂੰ ਐਕਸਪਲੇਨ ਕਰਨਾ ਚਾਹੀਦਾ ਪੇਰੈਂਟਸ ਨੂੰ ਆਪਣੇ ਬੱਚੇ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਆਈ ਥਿੰਕ ਇੱਥੇ ਵੀ ਬਹੁਤ ਵੱਡੀ ਸਟਰਗਲ ਹੈ ਜੀ ਪਰ ਜਿੱਥੇ ਆ ਗਿਆ ਕਿ ਕੀ ਕਹਿੰਦੇ ਆ ਤੁਸੀਂ ਕਹਿੰਦੇ ਆ ਕਿ ਕੁੜੀਆਂ ਨੂੰ ਜਿਹੜੀ ਅਸੀਂ ਇਕਨੋਮਿਕ ਇੰਡੀਪੈਂਡੈਂਸ ਹੈਗੀ ਹੈ ਉਹਦਾ ਇੰਪੈਕਟ ਦੂਜੀ ਤਰਫ ਤੋਂ ਇਹ ਵੀ ਹੈਗੀ ਹੈ ਕਿ ਜਿਹੜੀ ਰਿਸ਼ਤਿਆਂ ਦੀ ਕਦਰ ਹੈਗੀ ਹੈ ਕਈ ਕੁੜੀਆਂ 'ਚ ਇੱਦਾਂ ਦੀ
अप्रोच आ गई है और देखने को मिल भी रही है, आई एम श्योर साडे व्यूअर्स अग्री करेंगे कि वो इतनी स्ट्रांग माइंडेड हो गई है कि उन्होंने लगता है कि सिंगल रह के भी गुजारा है। कई बार जो थोड़े ते जो तुम कई बार आप आम देखने मिलता है कि जड़िया जगिया लेडीज गर्ल्स लेडीज कह लो तो कई बार मैनेज कर रही मैनेजर्स ने हैड ने किसी भी डिपार्टमेंट दया उन्होंने फिर मीटिंग्स भी अटेंड करनिया पैदा होर मतलब उन्होंने रिसपोंसीबिलिटीज बहुत हो जाए कई बार उन्होंने घर भी लेट आना पैदा जे कई बार वो अगर जॉइंट फैमिली रह रही उन्होंने अंडरसटैंडिंग जी इन लॉज के नाल आ काफ़ी डिफरेंस profession ajkal thonu apne aap nu prove karna penda apni ability nu prove karna penda kyunki inna matlab competition ho gaya apni job rakhne layi thonu kyunki hor bhi kafi matlab meetings extra meeting bhi kai vari bulaniyan pendiyan kyunki kai vari is tarah diyan problem hundiyan te thonu फेस करनिया पैंदियां बिल्कुल ते असी अपने व्यूअर्स नूं भी दसते हैं कि अज असी गलबात कर रहे हैं कि जिहड़ियां लड़कियां काफ़ी पढ़ गई तो उन्हां नूं की प्रॉब्लम्स अजकल इन लॉज दे नाल आ रही क्योंकि वह समझ नहीं रहे कि उन्हां दी रिस्पोंसिबिलिटीज जिहड़ियां जिन्नी एजुकेशन उन्हां दी ज़्यादा होगी उन्नी ज़्यादा होगी बाहर भी उन्हां दी रिस्पोंसिबिलिटीज ज़्यादा होगी कि तुसीं की कहना चाहोगे कि अगर थानूं प्रॉब्लम आ रही है जिहड़ियां लड़कियां नूं वह भी सानूं आके अपने एक्सपीरियंस दस रहे जां इन लॉज जिहड़े हैगे जिन्हां दे नाल उन्हां दीआं ਜਿਹੜੀਆਂ ਡੋਟਰਿੰਗ ਲੋਜ ਰਹਿ ਰਹੀਆਂ ਆ ਕੀ ਉਹਨਾਂ ਨੂੰ ਪ੍ਰੋਬਲਮ ਆ ਰਹੀਆਂ ਜਾਂ ਉਹ ਉਹਨਾਂ ਦਾ ਸਾਥ ਦੇ ਰਹੇ ਆ ਕਿਉਂਕਿ ਜਦੋਂ ਅਗਰ ਤੁਹਾਨੂੰ ਸਪੋਰਟ ਮਿਲੇ ਘਰ ਦੇ ਵਿੱਚੋਂ ਤੁਸੀਂ ਬਾਹਰ ਜਾਂਦੇ ਮੀਟਿੰਗਾਂ ਅਟੈਂਡ ਕਰਦੇ ਆ ਲੇਟ ਵੀ ਆਉਂਦੇ ਆ ਕੰਮ ਫਿਨਿਸ਼ ਕਰਨਾ ਹੁੰਦਾ ਕਈ ਵਾਰੀ ਕਿਸੇ ਨੂੰ ਕੋਈ ਕਲਾਇੰਟ ਦੇਖਣੇ ਹੁੰਦੇ ਕੋਈ ਸਲਿਸਟਰ ਆ ਕੋਈ ਡਾਕਟਰ ਆ ਮਤਲਬ ਕਿਸੇ ਵੀ ਫੀਲਡ ਵਿੱਚ ਹੈਗੇ ਆ ਅਤੇ ਮਤਲਬ ਹਰ ਤਰ੍ਹਾਂ ਦੇ ਡਿਫਰੈਂਟ ਡਿਫਰੈਂਟ ਅਤੇ ਇਹ ਜਿਹਨੂੰ ਅਗਰ ਪ੍ਰੋਬਲਮਸ ਹੈ ਤਾਂ ਇਹਨਾਂ ਨੂੰ ਅਸੀਂ ਥੋੜ੍ਹਾ ਜਿਹਾ ਕਿਸ ਤਰੀਕੇ ਨਾਲ ਜਿਹੜੇ ਸਾਡੇ ਵਿਊਅਰਸ ਆ ਉਹਨਾਂ ਨੂੰ ਕਿਸ ਤਰੀਕੇ ਨਾਲ ਉਹਨਾਂ ਨੂੰ ਤੁਸੀਂ ਅਗਰ ਦੇਖਿਆ ਜਾ ਸਕਦੇ ਆ ਹਾਂਜੀ ਸ਼ੋਰ ਤੁਸੀਂ ਜੇ ਆਪਣਾ ਟਾਈਮ ਦੇਖੋ ਹਨਾ ਮੈਂ ਆਪਣੇ ਮਦਰ ਦੇ ਇੰਨੇ ਚੈਲੰਜਸ ਨਹੀਂ ਹੁੰਦੇ ਸੀਗੇ ਜੀ ਅੱਜ ਕੱਲ ਚੈਲੰਜਸ ਬਹੁਤ ਜ਼ਿਆਦਾ ਹੈ ਹਾਂਜੀ ਠੀਕ ਹੈ ਜਿਹੜੇ ਲਾਈਫ ਦੇ ਸਟ੍ਰੈਸਸ ਹੈ ਬਹੁਤ ਜ਼ਿਆਦਾ ਵੱਧ ਗਏ ਹੈ ਜੀ ਠੀਕ ਹੈ ਪਰ ਜਿਹੜੀ ਸਪੋਰਟ ਹੈ ਨਾ ਉਹ ਘਟਦੀ ਜਾ ਰਹੀ ਹੈ ਹਾਂਜੀ ਦਿਨ ਸਪੋਰਟ ਨਹੀਂ ਹੈਗੀ ਪਹਿਲੇ ਚੈਲੰਜਸ ਬਹੁਤ ਥੋੜ੍ਹੇ ਹੁੰਦੇ ਸੀ ਸਪੋਰਟ ਬਹੁਤ ਜ਼ਿਆਦਾ ਹੁੰਦੀ ਸੀਗੀ ਹਾਂਜੀ ਠੀਕ ਹੈ ਅੱਜ ਕੱਲ੍ਹ ਚੈਲੰਜਸ ਵੱਧਦੇ ਜਾ ਰਹੇ ਹੈ ਸਪੋਰਟ ਬਹੁਤ ਘੱਟ ਹੈਗੀ ਹੈ ਔਰ ਉਹੀ ਇਹਦਾ ਇੱਕ ਇਹ ਵੀ ਬਹੁਤ ਵੱਡਾ ਰਿਜ਼ਲਟ ਹੈ ਐਂਡ ਆਮ ਸ਼ੋਰ ਤੁਸੀਂ ਮੇਰੇ ਨਾਲ ਅਗਰੀ ਕਰੋਗੇ ਕਿ ਕਿਤੇ ਨਾ ਕਿਤੇ ਅੱਜ ਕੱਲ੍ਹ ਦੇ ਬੱਚੇ ਵਿਆਹ ਕਰਨਾ ਹੀ ਨਹੀਂ ਚਾਹੁੰਦੇ ਹਾਂਜੀ ਇਹਦੇ 'ਤੇ ਵੀ ਅਸੀਂ ਗੱਲਬਾਤ ਕਰਨਾ ਚਾਹੁੰਦੇ ਕਿ ਜਿਹੜੀ ਜਦੋਂ ਲੜਕੀ ਨਾ ਕਾਫੀ ਅਤੇ ਅਸੀਂ ਦੇਖਦੇ ਹਾਂ ਕਿ ਸਾਨੂੰ ਕੌਣ ਕੌਣ ਕਰ ਰਿਹਾ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿੱਥੋਂ ਬੋਲ ਰਹੇ ਵੀਰ ਜੀ ਹਾਂਜੀ ਭਾਜੀ ਅਸੀਂ ਇੱਥੇ ਲੰਡਨ ਤੋਂ ਬੋਲਦੇ ਹਾਂ ਕੁਲਵੀਰ ਸਿੰਘ ਹਾਂਜੀ ਅਸੀਂ ਪ੍ਰੋਗਰਾਮ ਦੇਖਦੇ ਸੀਗੇ ਤੁਹਾਡਾ ਪ੍ਰੋਗਰਾਮ ਚੱਲਦਾ ਸੀਗਾ ਹਾਂਜੀ ਤੁਸੀਂ ਆਪਣੇ ਗੱਲ ਕਰਦੇ ਸੀ ਜਿੱਦਾਂ ਪੜ੍ਹੇ ਲਿਖੇ ਵਾਈਫ ਦੀ ਜਿੱਦਾਂ ਜੋ ਕੋਈ ਵੀ ਆਪਣੇ ਸਾਡੇ ਮੇਰੇ ਨਾਲ ਜੀ ਹੱਡ ਬੀਤੀ ਹੈਗੀ ਇਹ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਹਾਂਜੀ ਦੱਸੋ ਜੀ ਮੇਰੀ ਵਾਈਫ ਜਿੱਦਾਂ ਪੜ੍ਹੀ ਲਿਖੀ ਸੀਗੀ ਇੰਡੀਆ ਮੈਂ ਵਿਆਹ ਕਰਾਇਆ ਸੀ ਹਾਂਜੀ ਤੇ ਮੇਰੇ ਜਿਹੜੇ ਪੇਰੈਂਟਸ ਸੀ ਜਿੱਦਾਂ ਮੇਰੇ ਭਰਾ ਸੀ ਉਹ ਸਾਰੇ ਅਨਪੜ੍ਹ ਸੀਗੇ ਅਨਪੜ੍ਹਾਂ ਦੀ ਜਿੱਦਾਂ ਫੈਮਿਲੀ ਸੀਗੀ ਪੜ੍ਹੇ ਲਿਖੇ ਨਹੀਂ ਸੀ ਉਹ ਹਾਂਜੀ ਉਹਨੇ ਇੱਕ ਹੋਊਗਾ ਜਿਹਾ ਬਣਾ ਦਿੱਤਾ ਸਾਡਾ ਦੋਨਾਂ ਦਾ ਹੀ ਮੇਰੀ ਵਾਈਫ ਦਾ ਮੇਰਾ ਹਸਬੈਂਡ ਦਾ ਜੀ ਵੀ ਪੜ੍ਹੀ ਲਿਖੀ ਆ ਗਈ ਕਰਿਆ ਇਹਨੇ ਸਾਡੇ ਘਰ ਚ ਕੀ ਕਰਦਾ ਹੈਗਾ ਉਹਨਾਂ ਨੂੰ ਜਿੱਦਾਂ ਡਰ ਪੈ ਗਿਆ ਕਿਸੇ ਚੀਜ਼ ਦਾ ਹਾਂਜੀ ਬਹੁਤ ਜ਼ਿਆਦਾ ਡਰ ਪੈ ਗਿਆ ਇਹ ਹੋਗਾ ਵੀ ਕਰਿਆ ਕੀ ਕਰ ਦੋਗੀ ਜੀ ਉਹ ਸਾਨੂੰ ਉਹਨੇ ਇੱਕ ਪੁਰਾਣਾ ਜਿਹਾ ਘਰ ਦੇ ਦਿੱਤਾ ਇੱਕ ਮਹੀਨੇ ਦੇ ਵਿੱਚ ਹੀ ਸਾਨੂੰ ਚੱਕ ਚੁੱਕ ਕੇ ਸਾਰਾ ਕੁਝ ਸਾਡਾ ਆਪੇ ਹੀ ਮਾਰਿਆ ਠੀਕ ਹੈ ਤੁਹਾਨੂੰ ਲੱਗਦਾ ਕਿ ਉਹਦਾ ਤੁਹਾਡੇ ਪਰਸਨਲ ਰਿਲੇਸ਼ਨਸ਼ਿਪ ਤੇ ਕੋਈ ਫਰਕ ਪਿਆ ਸਾਡੇ ਵਿੱਚ ਕੋਈ ਨਹੀਂ ਪਿਆ ਆਪਸ ਵਿੱਚ ਹੀ ਹਾਂਜੀ ਪਰ ਸਾਡਾ ਘਰ ਜ਼ਰੂਰ ਖਰਾਬ ਹੋ ਗਿਆ ਸਾਰਾ ਮੇਰੇ ਜਿੱਦਾਂ ਪੇਰੈਂਟਸ ਵੀ ਜਾਂਦੇ ਲੱਗੇ ਮਾਂ ਪੇ ਭੈਣ ਭਰਾ ਤੁਹਾਨੂੰ ਪਤਾ ਆਪਾਂ ਕਿੱਦਾਂ ਉਹਨਾਂ ਨੂੰ ਪਾਲਦੇ ਮੈਂ ਵੱਡਾ ਸੀਗਾ ਹਾਂਜੀ ਮੈਂ ਬਾਹਰ ਆ ਕੇ ਕਮਾਈ ਕੀਤੀ ਸਾਰੀ ਉਹਨਾਂ ਨੂੰ ਭੇਜੀ ਇਸ ਵੇਲੇ ਉਹ ਸਾਰਾ ਕੁਝ ਜਿੱਦਾਂ ਮੇਰੇ ਹੱਥੋਂ ਸਭ ਕੁਝ ਜਾਂਦਾ ਲੱਗਾ ਪਰ ਇਹ ਇੰਨੀ ਉਹਨਾਂ ਦੇ ਵਿੱਚ ਜਿੱਦਾਂ ਮੈਂ ਦੇਖੀ ਅਨਪੜ੍ਹਤਾ ਲੋਕਾਂ ਦੇ ਵਿੱਚ ਇਨਸਿਕਿਉਰਿਟੀ ਆ ਗਈ ਉਹਨਾਂ ਚ ਕੀ ਤੁਹਾਡੇ ਜਿਹੜੇ ਵਾਈਫ ਹੈਗੇ ਆ ਉਹ ਪੜ੍ਹੇ ਲਿਖੇ ਆਏ ਠੀਕ ਹੈ ਕਿ ਪਰ ਤੁਸੀਂ ਅਗਰ ਦੂਸਰਾ ਐਂਗਲ ਦੇਖੋ ਜੇ ਅੱਜ ਤੁਹਾਡੇ ਵਾਈਫ ਐਜੂਕੇਟਿਡ ਆ ਉਹ ਤੁਹਾਡੇ ਨਾਲ ਮੋਢੇ ਨਾਲ ਮੋਢਾ ਬਣਾ ਕੇ ਚੱਲ ਰਹੇ ਆ ਤਾਂ ਮੇਰੇ ਖਿਆਲ ਤੁਹਾਡਾ ਘਰ ਵੀ ਅੱਗੇ ਵਧਿਆ ਹੋਣਾ ਬਿਲਕੁਲ ਬਿਲਕੁਲ
ਇੱਕ ਦੂਜੇ ਦਾ ਸਾਥ ਨਹੀਂ ਛੱਡਿਆ ਕਰਦੇ ਆ, ਜਿੱਥੇ ਤੱਕ ਬੈਠਿਆ ਨਹੀਂ ਤਾਂ ਸਾਡਾ ਤਾਂ ਉੱਥੇ ਖਤਮ ਕਰਤਾ ਸੀ ਉਹਨੇ ਸਾਰਾ ਕੁਛ, ਸਾਨੂੰ ਉੱਥੇ ਕਾਫੀ ਜੋਗੇ ਨਹੀਂ ਛੱਡਿਆ। ਪਰ ਤੁਸੀਂ ਇਹ ਵੀ ਦੇਖੋ ਕਿ ਫਿਰ ਉਹ ਤੁਸੀਂ ਇੱਕ ਆਪਣੇ ਬੱਚਿਆਂ ਲਈ ਵੀ, ਆਉਣ ਵਾਲੀ ਅੱਗੇ ਨਸਲ ਲਈ ਵੀ ਇੱਕ ਐਗਜ਼ਾਮਪਲ ਸੈੱਟ ਕੀਤਾ। ਹਾਂਜੀ, ਬੱਚੇ ਅੱਜ ਮੇਰੇ ਪੜ੍ਹ ਰਹੇ ਆ ਇੱਥੇ, ਲੈ ਕੇ ਆ ਗਏ ਸੀ, 8 ਸਾਲ ਹੋ ਗਏ ਇਹਨਾਂ ਨੂੰ ਮੇਰੇ ਮਗਰ। ਹਾਂਜੀ ਪੜ੍ਹੀ ਲਿਖੀ ਆ ਕੇ ਨਹੀਂ ਪਤਾ ਸੀ, ਕਦੇ ਸਕੇ ਮਾਮੇ ਦੀ ਕੁੜੀ ਸੀ, ਪਰ ਤੁਸੀਂ ਪਹਿਲਾਂ ਗੱਲ ਕੀਤੀ ਸੀ ਅਸੀਂ ਕਾਕਾ ਤੇਰਾ ਵਿਆਹ ਕਰਨਾ, ਸਾਡੀ ਭੈਣ ਆ ਮੇਰੀ ਮਾਮੇ ਦੀ ਕੁੜੀ, ਮੈਂ ਕਿਹਾ ਓਕੇ। ਪਰ ਤੁਸੀਂ ਆਪਣੇ ਪੇਰੈਂਟਸ ਨੂੰ ਦੱਸਿਆ ਸੀਗਾ ਕਿ ਜਿਹੜੇ ਤੁਹਾਡੇ ਪਾਰਟਨਰ ਹੈਗੇ, ਵਾਈਫ ਹੈਗੇ ਨੇ, ਉਹ ਇਦਾਂ ਐਜੂਕੇਟਿਡ ਹੈ, ਤਦ ਉਹਨਾਂ ਨੇ ਐਗਰੀ ਕੀਤਾ ਸੀ? ਉਹਨੂੰ ਤਾਂ ਜੀ ਪਹਿਲਾਂ ਹੀ ਆ ਕੇ ਪਿਆਰ ਦਿੱਤਾ ਸੀ। ਅੱਛਾ, ਤੁਹਾਡੇ ਫੈਮਿਲੀ ਨੇ ਹੀ ਉਹਨਾਂ ਨੂੰ ਚੂਜ਼ ਕੀਤਾ ਸੀ? ਫਿਰ ਤੁਸੀਂ ਕਦੇ? ਹਾਂਜੀ, ਫਿਰ ਪ੍ਰੋਬਲਮ ਕਿੱਥੇ ਆਈ ਉਹਨਾਂ ਨੂੰ ਜਦ ਉਹਨਾਂ ਨੇ ਆਪ ਹੀ ਸਿਲੈਕਟ ਕੀਤਾ? ਸਾਨੂੰ ਪਤਾ ਨਹੀਂ, ਉੱਥੇ ਲੋਕ ਕਹਿ ਦਿੰਦੇ ਆ ਤੂੰ ਜਾਦੂ ਕਰਦੀਆਂ, ਉਹ ਕੁੜੀ ਵਿਆਹ ਕੇ ਲਿਆਉਂਦੀ ਸੀ ਛੋਟੇ ਦੀ, ਉਹ ਯੂਪੀ ਤੋਂ ਪਤਾ ਨਹੀਂ ਸੀ ਤੂੰ ਜਾਦੂ ਕਰਦੀ ਸੀਗੀ, ਉਹਨੇ ਪਤਾ ਨਹੀਂ ਕੀ ਕੀਤਾ ਕੀ ਨਹੀਂ। ਮੇਰੇ ਪੇਰੈਂਟਸ ਜਿਹੜੇ ਉਹ ਇੱਦਾਂ ਨਹੀਂ ਸੀਗੇ ਵੀ ਉਹ ਇੱਦਾਂ ਦੇ ਮਾੜੇ ਸੀ, ਬਹੁਤ ਚੰਗੇ ਸੀ, ਅੰਮ੍ਰਿਤਧਾਰੀ ਸੀਗੇ ਦੋਨੇ। ਹਾਂਜੀ, ਤੇ ਪਤਾ ਨਹੀਂ ਉਹਨਾਂ ਦੇ ਦਿਮਾਗ 'ਚ ਕੀ ਆਇਆ, ਉਹ ਬਸ ਜਿੱਦਾਂ ਮੈਨੂੰ 5-7 ਦਿਨ ਠੀਕ ਠਾਕ ਮੇਰੇ ਨਾਲ ਰਹੇ ਗਏ, ਇਹਨਾਂ ਬਾਅਦ ਦੇ ਵਿੱਚ ਉਹਨੇ ਠੀਕ ਠਾਕ ਕਰਤਾ ਕੰਮ, ਵਿਆਹ ਵੀ ਕਰਤਾ 50-70 ਦਿਨਾਂ ਦੇ ਵਿੱਚ। ਤੁਹਾਨੂੰ ਕਿਤੇ ਨਾ ਕਿਤੇ ਇਹ ਲੱਗਦਾ ਕਿ ਕਈ ਵਾਰ ਅਸੀਂ ਬੱਚੇ ਜਿੰਨਾ ਮਰਜ਼ੀ ਕਰ ਲਈਏ ਪਰ ਜਿਹੜੇ ਬਾਹਰ ਦੇ ਲੋਕ ਹੈ ਉਹ ਨਹੀਂ ਘਰਾਂ ਨੂੰ ਵਸਣ ਦਿੰਦੇ? ਵੈਸੇ ਤਾਂ ਉਹਨਾਂ ਹੀ ਗੱਲਾਂ ਤਾਂ ਇਹੀ ਹੁੰਦੀਆਂ, ਪਰ ਸਾਨੂੰ ਵੀ ਸਮਝ ਲੈਣੀਆਂ ਚਾਹੀਦੀਆਂ। ਮੈਂ ਰੋਕਦਾ ਸੀ ਉਹਨਾਂ ਨੂੰ, ਮੈਂ ਕਿਹਾ ਸੀ ਉਹਨਾਂ ਨੂੰ ਕਿ ਤੁਸੀਂ ਇਹ ਬੰਦੇ ਸਾਡੇ ਘਰ 'ਚ ਐਂਟਰ ਨਹੀਂ ਹੋਣੇ ਚਾਹੀਦੇ, ਉਹ ਕਹਿੰਦੇ ਨਹੀਂ ਹੋਣਗੇ। ਮੈਂ ਕਿਹਾ ਹੋਰ ਤਾਂ ਪਰ ਫਿਰ ਲੌਸ ਕੀ ਹੋਇਆ, ਪੁੱਤਰ ਗਿਆ, ਤੁਸੀਂ ਜਾਂਦੇ ਹੋ ਉਹਨਾਂ ਨਾਲ ਜਾਂ ਮਿਲਦੇ ਹੋ ਕਿ ਨਹੀਂ? ਉਹ ਕਨੇਡਾ ਰਹੇ ਭੈਣ ਜੀ ਦੋਨੇ, ਮੰਮੀ ਡੈਡੀ ਮੇਰੇ ਛੋਟਾ ਭਰਾ ਕਨੇਡਾ ਸੀ, ਮੈਂ ਇੱਕ ਦੋ ਹਫ਼ਤੇ ਜਿੱਦਾਂ ਬਾਹਰ ਆਏ ਸੀਗੇ ਸਾਰੇ। ਅੱਛਾ ਜੀ, ਤੇ ਮੇਰਾ ਛੋਟਾ ਭਰਾ ਇੱਥੇ ਇਟਾਲੀਆ ਸੀਗਾ, ਉਹ ਵੀ ਜਿਹੜਾ ਗਵਲਾ ਸੀਗਾ ਉਹ ਇਟਾਲੀਆ ਸੀ, ਉਹ ਵੀ ਮੈਂ ਗਰੀਸ ਮੰਗਾ ਕੇ ਕਨੇਡਾ ਇੱਕ ਭੇਜਤਾ ਸੀ, ਇੱਕ ਇੱਥੇ ਭੇਜਤਾ ਸੀ ਇਟਲੀਆ ਵਿੱਚ। ਤੇ ਤੁਹਾਨੂੰ ਮੈਂ ਸਿਸਟਰ ਦਾ ਵੀ ਵਿਆਹ ਕੀਤਾ, ਮੈਂ ਸਾਰੀ ਮਨੀ ਉਹਨਾਂ ਨੂੰ ਦਿੱਤੀ, ਸਾਰਾ ਕੁਛ, ਮੈਂ ਕੋਈ ਪੈਸਾ ਨਹੀਂ ਲਾਉਣ ਦਿੱਤਾ ਘਰਦਿਆਂ ਨੂੰ ਆਪਣਿਆਂ ਨੂੰ ਜੀ। ਪਰ ਅੱਜ ਇਹ ਗੱਲ ਹੈਗੀ ਭੈਣ ਜੀ, ਮੈਂ ਤਾਂ ਤੁਹਾਡੇ ਨਾਲ ਕਰ ਰਿਹਾ, ਤੁਹਾਡਾ ਪ੍ਰੋਗਰਾਮ ਮੈਨੂੰ ਬਹੁਤ ਸੋਹਣਾ ਲੱਗਾ, ਮੈਂ ਕਿਹਾ ਵੀ ਜਿੱਦਾਂ ਬਹੁਤ, ਹਾਂਜੀ ਬਹੁਤ ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ। ਦੇਖੋ ਜੀ, ਆ ਜਿਹੜੀ ਪਹਿਲੀ ਤੁਸੀਂ ਐਗਜ਼ਾਮਪਲ ਦਿੱਤੀ, ਮੈਨੂੰ ਲੱਗਦਾ ਆ ਕਿ ਬਹੁਤ ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਤੇ ਜਿੰਨਾ ਜੀ ਦੇਖੋ, ਇਹ ਜਿਹੜਾ ਉਹਨਾਂ ਦਾ ਐਕਸਪੀਰੀਅੰਸ, ਉਹ ਗੱਲ ਤਾਂ ਉਹੀ ਆ ਗਏ, ਤਾਂ ਪੜ੍ਹੀ ਲਿਖੀ ਆ ਗਏ ਤੇ ਉਹਨਾਂ ਨੂੰ ਡਰ ਪੈ ਗਿਆ, ਉਹੀ ਨਾ ਜ਼ਿਆਦਾ ਕਲੈਵਰ ਆ ਗਏ, ਸਾਡੇ ਘਰ 'ਚ ਸ਼ਾਇਦ ਕੋਈ ਮਤਲਬ ਗਲਤ ਕੰਮ ਹੋ ਜਾਊਗਾ। ਤੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਉਹਨਾਂ ਨੇ? ਉਹੀ ਹੈ ਪਰਮਿੰਦਰ ਜੀ, ਪਹਿਲੇ ਜਿਹੜਾ ਸਾਡਾ ਇੱਕ ਹੁੰਦਾ ਸੀਗਾ ਕਲਚਰ ਹੈਗਾ ਜਿਹੜਾ, ਉਸ 'ਚ ਹੁੰਦਾ ਸੀਗਾ ਕਿ ਬੰਦੇ ਨੇ ਪੈਸੇ ਕਮਾ ਕੇ ਲਿਆਉਂਦੇ, ਔਰਤ ਨੇ ਘਰ ਰਹਿਣਾ, ਬੱਚੇ ਪਾਲਣੇ। ਉਹ ਜਿੱਦਾਂ ਜਿੱਦਾਂ ਟਾਈਮ ਵੱਧਦਾ ਗਿਆ, ਇਹ ਤਾਂ ਮਾਡਰਨ ਲੱਗਦੇ, 8 ਸਾਲ 10 ਸਾਲ ਹੋ ਗਏ, ਮੈਂ ਕਹਿ ਰਹੀ ਹਾਂ ਨਾ ਹੁਣ ਵੀ ਇਸ ਤਰ੍ਹਾਂ ਹੋ ਰਿਹਾ। ਅੱਜ ਕੱਲ ਦੇਖੋ ਹਰ ਕਪਲ ਚਾਹੁੰਦਾ ਉਹਨਾਂ ਦਾ ਘਰ ਅੱਗੇ ਵਧੇ ਜੀ, ਹਰ ਕੋਈ ਬੈਟਰ ਲਾਈਫ ਚਾਹੁੰਦਾ, ਔਰ ਇਸ 'ਚ ਕੋਈ ਗਲਤ ਗੱਲ ਵੀ ਨਹੀਂ ਹੈਗੀ। ਨਹੀਂ ਨਹੀਂ, ਹਾਂਜੀ ਠੀਕ ਹੈ, ਪਰ ਪੇਰੈਂਟਸ ਨੂੰ ਵੀ ਇਹ ਦੇਖਣਾ ਚਾਹੀਦਾ ਹੈ ਕਿ ਜੇ ਸਾਡੇ ਬੱਚੇ ਅੱਗੇ ਵੱਧ ਰਹੇ ਹੈ, ਅਗਰ ਉਹ ਉਹਨਾਂ ਦੇ ਆਪਸ 'ਚ ਕੋਈ ਰਿਲੇਸ਼ਨਸ਼ਿਪ 'ਚ ਪ੍ਰੋਬਲਮ ਨਹੀਂ ਹੈ, ਤਾਂ ਪੇਰੈਂਟਸ ਨੂੰ ਜ਼ਰੂਰ ਸਪੋਰਟ ਕਰਨਾ ਚਾਹੀਦਾ। ਇਹਦੇ ਵਿੱਚ ਪੇਰੈਂਟਸ ਨੂੰ, ਜਦੋਂ ਤੁਸੀਂ ਪੇਰੈਂਟਸ ਦੀ ਗੱਲ ਆਈ ਆ, ਇੱਥੇ ਤੁਹਾਡੇ ਤੋਂ ਵੀ ਪੁੱਛਾਂਗੀ ਤੇ ਮੈਂ ਆਪਣੇ ਦਰਸ਼ਨ ਨੂੰ ਵੀ ਪੁੱਛਾਂਗੀ ਕਿ ਜਿਹੜੇ ਪੇਰੈਂਟਸ ਅਗਰ ਪੜ੍ਹੇ ਲਿਖੇ ਹੁੰਦੇ, ਜਿੱਦਾਂ ਕਿ ਵੀਰ ਜੀ ਨੇ ਗੱਲ ਕੀਤੀ ਆ, ਤੇ ਉਹ ਜ਼ਰੂਰ ਅੰਡਰਸਟੈਂਡ ਕਰਦੇ ਕਿ ਸਾਡੀ ਜਿਹੜੀ ਵਹੂ ਆ ਗਈ ਆ ਉਹ ਪੜ੍ਹੀ ਲਿਖੀ ਆਈ, ਤਾਂ ਉਹ ਠੀਕ ਆ, ਕਿਉਂਕਿ ਉਹ ਅਨਪੜ੍ਹ ਸੀ, ਇਸ ਕਰਕੇ ਉਹਨਾਂ ਨੂੰ ਇਹ ਜਿਹੜਾ ਉਹਨਾਂ ਦੇ ਦਿਮਾਗ ਵਿੱਚ ਲੋਕਾਂ ਨੇ ਜੋ ਕਿਹਾ, ਇਸ ਤਰ੍ਹਾਂ ਉਹਨਾਂ ਨੇ ਸੁਣ ਕੇ ਉਹ ਉਹਨਾਂ ਦੀ ਗੱਲ ਮੰਨ ਲਈ। ਤੇ ਤੁਸੀਂ ਕੀ ਇੱਥੇ ਕਹਿਣਾ ਚਾਹੋਗੇ? ਤੇ ਟੀਨਾ ਜੀ, ਇਹੀ ਗੱਲ ਆ, ਕਿਉਂਕਿ ਅਗਰ ਉਹ ਥੋੜ੍ਹੇ ਪੜ੍ਹੇ ਲਿਖੇ ਹੁੰਦੇ ਤਾਂ ਉਹਨਾਂ ਨੂੰ ਅੰਡਰਸਟੈਂਡਿੰਗ ਹੁੰਦੀ ਉਹਨਾਂ ਦੀ ਆਪਣੀ। ਹਾਂਜੀ ਹਾਂਜੀ, ਦੇਖੋ ਪਰਮਿੰਦਰ ਜੀ, ਇਹਦਾ ਇਹ ਵੀ ਦੇਖ ਲਓ ਤੁਸੀਂ, ਅੱਜ ਅਸੀਂ ਕਹਿੰਦੇ ਹਾਂ ਕਿ ਸਾਡਾ ਮੀਡੀਆ ਇੰਨਾ ਅੱਗੇ ਚਲਾ ਗਿਆ ਜੀ, ਇੰਨਾ ਐਕਸਪੋਜ਼ਰ ਹੈ, ਇੰਨੀ ਅਵੇਅਰਨੈਸ ਹੈ, ਫਿਰ ਵੀ ਲੋਕਾਂ ਦੇ ਮਾਈਂਡਸੈਟ ਚੇਂਜ ਨਹੀਂ ਹੋ ਪਾ ਰਹੇ, ਕਿਉਂਕਿ ਜਿਹੜੇ ਤਾਂ ਕਿਉਂਕਿ ਇਹਦੇ ਵਿੱਚ ਸਿਖਾਲ, ਕਿਉਂਕਿ ਲੋਕਾਂ ਦੀ ਸੁਣਦੇ ਵੀ ਆ, ਅਸੀਂ ਕਹਿੰਦੇ ਹਾਂ ਕਿ ਅਸੀਂ ਚੇਂਜ ਕਰਾਂਗੇ ਜੀ, ਪਰ ਅਸੀਂ ਆਪਣੇ ਘਰਾਂ ਨੂੰ ਬਦਲ ਨਹੀਂ ਪਾ ਰਹੇ, ਅਸੀਂ ਆਪਣੀ ਸੋਚ ਨੂੰ ਨਹੀਂ ਬਦਲ ਪਾ ਰਹੇ। ਜਿਹੜੀ ਸੋਚ ਆ ਇਹ ਕਿੰਨੀ ਦੇਰ ਲੱਗੂਗੀ ਸੋਚ ਬਦਲ ਨੂੰ? ਉਹ ਤਾਂ ਹੈ ਪਰਮਿੰਦਰ ਜੀ, ਇਹੀ ਉਹ ਹੈ ਨਾ ਕਿ ਅਸੀਂ ਤਾਂ ਹੀ ਇਹ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਕਿ ਇੱਕ ਦੂਜੇ ਦੀ ਪ੍ਰੋਬਲਮਸ ਨੂੰ ਸੁਣੀਏ, ਅਗਰ ਕੋਈ ਸੋਲੂਸ਼ਨ ਨਿਕਲਦਾ ਠੀਕ ਹੈ, ਪ੍ਰੋਬਲਮਸ ਤਾਂ ਹੈਗੀਆਂ ਇਹ, ਔਰ ਇਹ ਚਲਦੀਆਂ ਆ ਰਹੀਆਂ, ਚਲਦੀਆਂ ਰਹਿਣੀਆਂ।
ਅਸੀਂ ਆਪਣੇ ਫਿਰ ਵੀਰਜ ਨਾਲ ਗੱਲਬਾਤ ਇਸੇ ਤੇ ਕਰਨੀ ਆ ਕਿ ਜਿਹੜੇ ਵੀਰ ਜੀ ਨੇ ਇੱਕ ਬਹੁਤ ਵਧੀਆ ਆਪਣੀ ਐਗਜ਼ਾਮਪਲ ਦਿੱਤੀ ਆ, ਜਿਹੜੇ ਕਿ ਹੱਡਬੀਤੀ ਜਿਹਨੂੰ ਆਪਾਂ ਕਹਿ ਦਿੰਦੇ, ਕਿਉਂਕਿ ਜੇ ਤਾਂ ਤੁਸੀਂ ਕਿਸੇ ਦੀ ਸੁਣੀ ਸੁਣਾਈ ਗੱਲ ਕਰੋ ਥੋੜ੍ਹੀ ਜਿਹੀ ਬਦਲ ਕੇ ਦੱਸੀ ਜਾਂਦੀ, ਉਹਨਾਂ ਨੇ ਆਪਣੀ ਦੱਸਿਆ ਅਤੇ ਤੁਸੀਂ ਇਹਦੇ 'ਤੇ ਕੀ ਕਹਿਣਾ ਚਾਹੋਗੇ ਕਿ ਉਹਨਾਂ ਨੂੰ ਹੁਣ ਵੀ ਕੀ ਕਰਨਾ ਚਾਹੀਦਾ ਸੀ, ਜਦੋਂ ਕਿ ਕਹਿੰਦੇ ਸਾਰਾ ਕੁਛ ਹੋ ਗਿਆ, ਬੈਠ ਕੇ ਗੱਲਬਾਤ ਕਰਨੀ ਚਾਹੀਦੀ ਘਰਦਿਆਂ ਦੇ ਨਾਲ ਅਤੇ ਉਹਨਾਂ ਨੂੰ ਸਮਝਾਉਣਾ ਚਾਹੀਦਾ ਸੀ, ਜਾਂ ਉਹ ਸਮਝੇ ਨਹੀਂ, ਤਾਂ ਇੱਦਾਂ ਦੇ ਸਿਚੁਏਸ਼ਨ ਦੇ ਵਿੱਚ ਟੀਨਾ ਜੀ ਹੋਰ ਕੀ ਅਸੀਂ ਕਰ ਸਕਦੇ ਹਾਂ? ਪਰਮਿੰਦਰ ਜੀ, ਇਹ ਹੈਗਾ ਕਿ ਹੁਣ ਤੁਸੀਂ ਦੇਖੋ, ਤੁਹਾਡੇ ਟਾਈਮ 'ਚ ਵੀ ਤਾਂ ਹੁੰਦਾ ਸੀਗਾ, ਸਾਰੀ ਫੈਮਿਲੀ ਇਕੱਠੀ ਹੋ ਜਾਂਦੀ ਸੀਗੀ, ਹਾਂਜੀ, ਘਰ ਤੋੜਨ ਦੀ ਗੱਲ ਤਾਂ ਹੁੰਦੀ ਨਹੀਂ ਸੀਗੀ, ਹਾਂਜੀ, ਜੇ ਤੁਹਾਡਾ ਵਿਆਹ ਹੋ ਗਿਆ ਤਾਂ ਦੈਟ ਇਜ਼ ਫੋਰ ਲਾਈਫ ਜੀ, ਅੱਜ ਕੱਲ੍ਹ ਤਾਂ ਵਿਆਹ ਬਾਅਦ 'ਚ ਹੁੰਦਾ, ਪਹਿਲੇ ਟੁੱਟਣ ਦੀ ਗੱਲ ਆਉਂਦੀ ਹੈ, ਹਾਂਜੀ, ਕਿੱਥੇ ਨਾ ਕਿੱਥੇ ਉਹ ਜਿਹੜਾ ਪੇਸ਼ੈਂਸ ਹੈ ਉਹ ਹੈ ਨਹੀਂ ਹੈ, ਬੇਸ਼ੱਕ ਕੁੜੀ ਆ ਜਾਂ ਮੁੰਡਾ ਦੋਨੋਂ ਪਾਸੇ ਜੀ, ਔਰ ਪੇਰੈਂਟਸ ਵੀ ਕਿੱਥੇ ਨਾ ਕਿੱਥੇ ਉਹ ਐਫਰਟਸ ਨਹੀਂ ਹੁਣ ਰਹਿ ਗਈਆਂ, ਪੇਰੈਂਟਸ ਵੀ ਕਹਿੰਦੇ ਹੈ, ਪਰ ਜੇ ਤੁਸੀਂ ਅੱਜ ਕੱਲ੍ਹ ਦੇ ਵਿਆਹ ਦੇਖੋ ਪੈਸਾ ਕਿੰਨਾ ਲੱਗਦਾ ਪੇਰੈਂਟਸ, ਹਾਂਜੀ, ਪੈਸਾ ਤੇ ਮਤਲਬ ਇਸੇ ਕਰਕੇ ਜਿਹੜੇ ਲੜਕੀਆਂ ਆ ਅੱਜ ਕੱਲ ਜਿਹੜੀਆਂ ਪੜ੍ਹੀਆਂ ਲਿਖੀਆਂ, ਕਈ ਤੁਹਾਨੂੰ ਲੱਗਦਾ ਕਈ ਵਾਰੀ ਉਹ ਸਿੰਗਲ ਹੀ ਰਹਿ ਰਹੀਆਂ ਆ, ਉਹ ਮੈਂ ਤੁਹਾਨੂੰ ਗੱਲ ਤਾਂ ਕਹੀ ਸੀਗੀ ਪਹਿਲੇ ਕਿ ਉਹਦਾ ਇਹ ਵੀ ਆ ਗਿਆ, ਕਿਉਂਕਿ ਅੱਜ ਕੱਲ ਜਿਹੜੀ ਇੱਕ ਤਰ੍ਹਾਂ ਨਾਲ ਇਹ ਵਿਮੈਨ ਇੰਪਾਵਰਮੈਂਟ ਦੀ ਅਸੀਂ ਗੱਲ ਕਰਦੇ ਹਾਂ, 21st century ਦੀ ਜਿਹੜੀ ਵਿਮੈਨ ਹੈ ਜੀ, ਠੀਕ ਹੈ, ਉਹ ਇੰਨੇ ਚੈਲੇਂਜਸ ਫੇਸ ਕਰਦੀ ਹੈ, ਕਿਤੇ ਨਾ ਕਿਤੇ ਜਿਹੜੀ ਯੰਗ ਜਨਰੇਸ਼ਨ ਹੈ ਉਹ ਕਹਿੰਦੀ ਹੈ ਕਿ ਕਮਿਟਮੈਂਟ ਕੀ ਕਰਨੀ, ਔਰ ਕਿਤੇ ਨਾ ਕਿਤੇ ਬਹੁਤ ਕੇਸਿਸ 'ਚ ਇੱਦਾਂ ਹੋ ਵੀ ਰਿਹਾ ਕਿ ਜਿਹੜੇ ਕਪਲਸ ਹੈ ਉਹ ਕਮਿਟਮੈਂਟ ਨਹੀਂ ਚਾਹੁੰਦੇ, ਲਿਵਿੰਗ ਰਿਲੇਸ਼ਨਸ਼ਿਪਸ 'ਚ ਰਹਿੰਦੇ ਹੈ, ਹਾਂਜੀ, ਕਈ ਵਾਰੀ ਕਪਲਸ ਵੀ ਰਹਿ ਰਹੇ, ਕਈ ਵਾਰੀ ਸਿੰਗਲ ਗਰਲਸ ਵੀ ਦੇਖੀਆਂ, ਕਾਫੀ ਏਜ ਦੀਆਂ ਹੋ ਜਾਂਦੀਆਂ, ਅੱਛੀਆਂ ਜੋਬ 'ਤੇ ਲੱਗੀਆਂ ਆ, ਆਪਣੇ ਆਪ ਇੰਡੀਪੈਂਡੈਂਟ ਆ, ਚਲੋ ਆਪਣੇ ਪੇਰੈਂਟਸ ਦੇ ਘਰ ਆ ਗਏ, ਫਰੈਂਡ ਨਾਲ ਬਾਹਰ ਚਲ ਗਏ, ਕਰਕੇ ਉਹ ਚਾਹੁੰਦੀਆਂ ਹੀ ਨਹੀਂ ਮੈਰਿਜ ਕਰਵਾਉਣੀ, ਉਹ ਇਹ ਵੀ ਹੈਗਾ ਕਿ ਉਹ ਜਦ ਘਰ ਦਾ ਐਟਮੋਸਫੀਅਰ ਦੇਖਦੀਆਂ, ਆਪਣੀ ਕਮਿਊਨਿਟੀ ਦਾ ਮਾਇੰਡ ਸੈਟ ਦੇਖਦੀਆਂ ਜੀ, ਦੇਖਿਆ ਜਾਏ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਬਹੁਤ ਮਾਡਰਨ ਹੋ ਰਹੇ ਹਾਂ, ਪਰ ਸਾਡੇ ਮਾਇੰਡ ਸੈਟ ਨਹੀਂ ਚੇਂਜ ਹੋਏ ਜੀ, ਠੀਕ ਹੈ, ਕਿਤੇ ਨਾ ਜਾ ਕੇ ਅਸੀਂ ਕਹਿੰਦੇ ਹਾਂ ਅਸੀਂ ਕੱਪੜੇ ਅੱਛੇ ਪਾ ਲਏ, ਜਾਂ ਅਸੀਂ ਬਿਊਟੀਫੁਲ ਲੱਗਣਾ ਚਾਹੁੰਦੇ ਹਾਂ, ਹਰ ਅਸੀਂ ਬਹੁਤ ਆਪਣੇ ਕੀ ਕਹਿੰਦੇ ਅਪੀਅਰੈਂਸ 'ਤੇ ਬਹੁਤ ਸਪੈਂਡ ਕਰਦੇ ਹਾਂ ਜੀ, ਪਰ ਅਸੀਂ ਜਿਹੜੀ ਆਪਣੀ ਸਾਈਕੋਲੋਜੀਕਲ ਥਿੰਕਿੰਗ ਹੈ ਜਾਂ ਮਾਇੰਡ ਸੈਟ ਹੈ ਉਹਨੂੰ ਨਹੀਂ ਬਦਲਣ ਦੀ ਕੋਸ਼ਿਸ਼ ਕਰਦੇ। ਅਸੀਂ ਇਹ ਵੀ ਆਪਣੇ ਦਰਸ਼ਕਾਂ ਤੋਂ ਪੁੱਛਣਾ ਚਾਹੋਗੇ ਕਿ ਜਿਹੜੀਆਂ ਲੜਕੀਆਂ ਪੜ੍ਹ ਲਿਖ ਜਾਂਦੀਆਂ, ਕਈ ਵਾਰੀ ਉਹ ਮੈਰਿਜ ਨਹੀਂ ਕਰਵਾਉਣੀਆਂ ਚਾਹੁੰਦੀਆਂ, ਕਿਉਂਕਿ ਉਹਨਾਂ ਕੋਲ ਪੈਸਾ ਵੀ ਹੁੰਦਾ, ਇੰਡੀਪੈਂਡੈਂਟ ਵੀ ਹੁੰਦੀ ਆ, ਅਤੇ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਰਿਲੇਸ਼ਨਸ ਆ ਉਹਨਾਂ 'ਤੇ ਵੀ ਕੀ ਕੁਛ ਕਹਿਣਾ ਚਾਹੁੰਦੇ ਤਾਂ ਜ਼ਰੂਰ ਸਾਡੇ ਨਾਲ ਗੱਲਬਾਤ ਕਰ ਸਕਦੇ ਹਾਂ। ਜਿਨ੍ਹਾਂ ਦੀ ਜਿਹੜੀਆਂ ਲੜਕੀਆਂ ਰਹਿ ਰਹੀਆਂ ਅੱਜ ਕੱਲ੍ਹ, ਹਾਂਜੀ, ਪੈਸੇ ਹੁੰਦੇ ਜਿੱਦਾਂ ਕਹਿੰਦੇ ਹੋਲੀਡੇਜ਼ ਵੀ ਜਾਂਦੀਆਂ, ਫਰੈਂਡ ਦੇ ਨਾਲ ਜ਼ਿਆਦਾ ਜਾਂਦੀਆਂ, ਇਹਦੇ 'ਤੇ ਲੌਂਗ ਰਨ ਲਈ ਸਾਡੀ ਸੁਸਾਇਟੀ 'ਤੇ ਕੀ ਅਸਰ ਪੈ ਰਿਹਾ? ਲੌਂਗ ਰਨ 'ਤੇ ਇਹੀ ਹੈਗਾ ਕਿ ਜਿਹੜਾ ਸਾਡਾ ਕਲਚਰ ਹੈ ਜਾਂ ਸਾਡਾ ਵਿਰਸਾ ਹੈ, ਠੀਕ ਹੈ, ਨੋਮ ਤਾਂ ਨਹੀਂ ਹੈਗਾ ਸਾਡੇ ਕੀ ਕਹਿੰਦੇ ਬਾਣੀ 'ਚ ਵੀ ਨਹੀਂ ਲਿਖਿਆ ਕਿ ਤੁਸੀਂ ਲਿਵਿੰਗ ਰਿਲੇਸ਼ਨਸ਼ਿਪਸ 'ਚ ਰਹੋ, ਹਾਂਜੀ, ਜਿਹੜਾ ਇੱਕ ਕੀ ਕਹਿੰਦੇ ਹੈ ਸਾਡਾ ਕਲਚਰ ਹੈਗਾ ਉਹ ਤਾਂ ਇਹ ਕਹਿੰਦਾ ਕਮਿਟਡ ਰਿਲੇਸ਼ਨਸ਼ਿਪਸ, ਹਾਂਜੀ, ਉਹਦੇ 'ਚ ਤਾਂ ਇੱਕ ਤਾਂ ਲੜਕਾ ਲੜਕੀ ਰਹਿ ਰਹੇ ਆ, ਉਹ ਮੈਰਿਜ ਨਹੀਂ ਕਰਵਾ ਕੇ ਰਹਿ ਰਹੇ, ਉਹ ਡਿਫਰੈਂਟ ਆ, ਜਿਹੜੀਆਂ ਲੜਕੀਆਂ ਹੀ ਇਕੱਲੀਆਂ ਰਹਿ ਰਹੀਆਂ ਕਰਵਾਉਣਾ ਹੀ ਨਹੀਂ ਚਾਹੁੰਦੀਆਂ ਮੈਰਿਜ, ਉਹ ਉਹਨਾਂ ਦਾ ਕਿਸ ਤਰ੍ਹਾਂ ਇਫੈਕਟ ਪੈ ਰਿਹਾ? ਪ੍ਰੋਸ ਐਂਡ ਕੌਨਸ ਤਾਂ ਹੈਗੇ ਆ, ਹੁਣ ਤੁਸੀਂ ਦੇਖੋ ਫਿਰ ਅੱਗੇ ਜਾ ਕੇ ਉਮਰਾਂ ਇੰਨੀਆਂ ਵਧੀਆਂ ਵੱਧ ਜਾਂਦੀਆਂ, ਫਿਰ ਉੱਥੇ ਜਾ ਕੇ ਖਾਲੀਪਨ ਨਜ਼ਰ ਆਉਂਦਾ। ਹਾਂਜੀ, ਦੇਖਦੇ ਆ ਕਿ ਸਾਡੇ ਤਿੰਨਾਂ ਜੀ ਇੱਥੋਂ ਹੀ ਆਪਾਂ ਸ਼ੁਰੂ ਕਰਾਂਗੇ, ਕੌਣ ਹੈਗੇ ਜੀ? ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਥੋਂ ਬੋਲ ਰਹੇ ਵੀਰ ਜੀ? ਆਪਾਂ ਬਰਮਿੰਗਮ ਤੇ ਬੋਲ ਰਹੇ ਜੀ। ਹਾਂਜੀ, ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹ ਰਿਹਾ ਸੀ ਵੀ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਚੱਲ ਰਿਹਾ ਹੈਗਾ, ਜਿੱਦਾਂ ਪਿੱਛੇ ਭਾਜੀ ਹੋਣੀ ਕਹਿੰਦੇ ਵੀ ਆਪਣੇ ਮੇਰੀ ਵਾਈਫ ਪੜ੍ਹੀ ਲਿਖੀ ਆ ਗਈ, ਉਹਨੂੰ ਲਾਈਕ ਨਹੀਂ ਕੀਤਾ ਜਾਂਦਾ ਆ। ਹਾਂਜੀ, ਕਈ ਵਾਰੀ ਨਾ ਘਰਾਂ ਦੇ ਵਿੱਚ ਜਿੱਦਾਂ ਤੁਸੀਂ ਪ੍ਰੋਗਰਾਮ ਦਾ ਨਾਂ ਹੀ ਸੋਚ ਰੱਖਿਆ, ਹਰ ਕਦੀ ਆਪਾਂ ਆਪਣੀ ਸੋਚ ਆ, ਜੀ ਜੀ, ਠੀਕ ਹੈ ਨਾ, ਕਈ ਤਾਂ ਜਿੱਦਾਂ ਘਰ ਚ ਪੜ੍ਹੀ ਲਿਖੀਆਂ ਵੀ ਆ ਜਾਂਦੇ, ਕਈ ਤਾਂ ਘਰ ਨੂੰ ਸਾਂਭ ਲੈਂਦੀਆਂ ਤੇ ਕਈ ਪੜ੍ਹੀਆਂ ਲਿਖੀਆਂ ਵੀ ਘਰ ਨੂੰ ਫੇਰੂ ਫੇਰੂ ਕਰ ਦਿੰਦੀਆਂ। ਹਾਂਜੀ, ਬਿਲਕੁਲ ਠੀਕ ਤੁਸੀਂ ਕਿਹਾ ਜੀ, ਠੀਕ ਹੈ ਨਾ, ਉਹਨਾਂ ਦੀ ਜਿੱਦਾਂ ਸਿਚੁਏਸ਼ਨ, ਕਈਆਂ ਦੀ ਇੱਦਾਂ ਹੀ ਹੁੰਦਾ ਜੀ ਮੈਂ ਬਹੁਤ ਪੜ੍ਹੀ ਲਿਖੀ ਆ ਵੀ ਮੈਂ ਪਤਾ ਨਹੀਂ ਕੀ ਬਣ ਗਈ ਆ ਪੜ੍ਹ ਲਿਖ ਕੇ। ਹਾਂਜੀ, ਬਹੁਤ ਬਹੁਤ ਜ਼ਿਆਦਾ ਕੇਸਿਸ ਹੈਗੇ ਆ, ਠੀਕ ਹੈ ਨਾ, ਇੱਕ ਪੜ੍ਹਿਆ ਲਿਖਿਆ ਹੋਣਾ, ਪੜ੍ਹਿਆ ਲਿਖਿਆ ਹੋਣਾ ਇੱਕ ਬਾਹਰਲੀ ਸੁਸਾਇਟੀ ਆ, ਹਾਂਜੀ, ਪਰ ਜੇ ਉਹ ਬਾਹਰਲੀ ਸੁਸਾਇਟੀ ਆਪਾਂ ਘਰ ਦੇ ਵਿੱਚ ਆਪਾਂ ਲਾਗੂ ਕਰਾਂਗੇ ਨਾ ਜੀ, ਬਿਲਕੁਲ, ਤੇ ਉਹ ਤੁਹਾਨੂੰ ਸੂਟੇਬਲ ਨਹੀਂ ਹੋਏਗੀ। ਉਹ ਉਹਦਾ ਮਤਲਬ ਉਹਨਾਂ ਘਰ ਦਾ ਮਾਹੌਲ ਇੱਕ ਹੋਰ ਹੈ, ਹਾਂਜੀ ਬਿਲਕੁਲ, ਬਾਹਰ ਦਾ ਮਾਹੌਲ ਇੱਕ ਹੋਰ ਹੈ, ਕਿਉਂਕਿ ਇਹ ਆਪਸ ਦੇ ਵਿੱਚ ਇਕੱਠੇ ਨਹੀਂ ਹੋ ਸਕਦੇ ਹੈਗੇ ਜੀ। ਅਸੀਂ ਲੋਕੀ ਪੜ੍ਹ ਲਿਖ ਕੇ ਅਸੀਂ ਆਪਣੇ ਘਰ ਦੇ ਵਿੱਚ ਬੜਾ ਮਤਲਬ ਇਹ ਸੋਚੀ ਜਾਣਾ ਮੈਂ ਬਹੁਤ ਪੜ੍ਹੀ ਲਿਖੀ ਆ ਜਾਂ ਮੈਂ ਆਪਣੇ ਬੰਦੇ ਤੋਂ ਜ਼ਿਆਦਾ ਪੜ੍ਹੀ ਲਿਖੀ ਆ, ਤੇ ਮੇਰੇ ਹਿਸਾਬ ਨਾਲ ਇੱਕ ਦੂਜੇ ਨੂੰ ਫਿਰ ਅਸੀਂ ਨਾ ਹੀਨ ਭਾਵਨਾ ਜਿਹੜਾ ਦੇਖਣਾ ਮੇਰੇ ਤੋਂ ਘੱਟ ਪੜ੍ਹਿਆ ਉਹ ਮੇਰੇ ਤੋਂ ਜ਼ਿਆਦਾ ਪੜ੍ਹੀ ਆ, ਉਹ ਇਨਸਿਕਿਉਰਿਟੀ ਜੀ ਆ ਜਾਂਦੀ ਹੈ ਰਿਲੇਸ਼ਨਸ਼ਿਪ 'ਚ। ਹਾਂਜੀ ਹਾਂਜੀ, ਤੇ ਇਹਦੇ ਵਿੱਚ ਕਈ ਫਿਰ
ਘਰ ਦੇ ਲੋਕੀ ਉਹ ਤੇਰੀ ਜਾਣੀ ਤਾਂ ਬੜੀ ਪੜ੍ਹੀ ਲਿਖੀ ਆ, ਤੂੰ ਤਾਂ ਬੁੱਧੂ ਆ ਫਲਾਣਾ, ਏਦਾਂ ਦੀਆਂ ਗੱਲਾਂ ਵੀ ਹੋ ਜਾਂਦੀਆਂ, ਮਤਲਬ ਟੀਜ਼ ਕਰਨ ਲੱਗ ਜਾਂਦੇ ਆ ਲੋਕੀ ਉਹਨਾਂ ਨੂੰ। ਯੈਸ, ਉਹਦੇ ਵਿੱਚ ਨਾ ਹਸਬੈਂਡ ਵਾਈਫ ਦੇ ਵਿੱਚ ਥੋੜੀ ਜਿਹੀ ਫਲੈਕਸ਼ਨ ਜੀ, ਕਿਸੇ ਨਾ ਕਿਸੇ ਨੂੰ ਫਰਿਕਸ਼ਨ ਆ ਜਾਂਦੀ ਹੈ, ਜਿੱਦਾਂ ਜੈਲਸੀ ਹੋ ਜਾਂਦੀ ਆ ਥੋੜੀ ਬਹੁਤੀ, ਜੈਲਸੀ ਹਾਂ ਕੁਝ ਵੀ ਲਾ ਲਓ ਤੁਸੀਂ। ਹਾਂਜੀ ਹਾਂਜੀ, ਤੇ ਇਹ ਉਹ ਫਿਰ ਜਿੱਦਾਂ ਹੌਲੀ ਹੌਲੀ ਫਿਰ ਮੁੰਡਾ ਕੁੜੀ ਤੋਂ ਵੀ ਜਿਆਦਾ ਪੜ੍ਹਿਆ ਲਿਖਿਆ ਆ, ਹਾਂਜੀ, ਉਹਦੀ ਵੀ ਤਾਂ ਸੇਮ ਗੱਲ ਹੀ ਹੋਣੀ ਆ ਨਾ, ਉਹਦੀ ਵੀ ਤਾਂ ਉਹਨੂੰ ਘਰ ਨੂੰ ਸਮਝਣਾ ਪੈਣਾ ਹੈ, ਭਾਵੇਂ ਕੁੜੀ ਤੋਂ ਜਿਆਦਾ ਪੜ੍ਹਿਆ ਲਿਖਿਆ ਆ। ਤੁਹਾਨੂੰ ਇਹ ਲੱਗਦਾ ਕਿ ਕੰਪੈਟੀਬਿਲਿਟੀ ਜਿਹੜਾ ਇੱਕ ਮਾਈਂਡ ਸੈਟ ਹੈਗਾ, ਮੇਰੀ ਬੇਟੀ ਕੋਈ ਕੰਮ ਖਰਾਬ ਵੀ ਕਰਦੀ ਆ, ਕੋਈ ਚੀਜ਼ ਤੋੜ ਵੀ ਦਿੰਦੀ ਆ, ਹਾਂਜੀ, ਤੇ ਸਾਨੂੰ ਇੰਨਾ ਉਹ ਨੀ ਹੋਣਾ, ਕਹਿਣਾ ਔਰਤ ਕੋਈ ਨੀ ਟੁੱਟ ਗਈ ਆ, ਹਾਂਜੀ, ਤੇ ਇਹੀ ਜੇ ਚੀਜ਼ ਕਿਤੇ ਮੁੰਡੇ ਦੀ ਵਾਈਫ ਤੋਂ ਟੁੱਟੀ ਹੋਵੇ, ਹਾਂਜੀ, ਉੱਥੇ ਆ ਕੇ ਤੁਹਾਨੂੰ ਫਰਕ ਪੈ ਜਾਣਾ, ਲੈ ਤੋੜ ਦਿੱਤੀ ਆ ਤੂੰ, ਏਦਾਂ ਕਰ ਦਿੱਤੀ ਆ, ਤੂੰ ਘਰੋਂ ਲੈ ਕੇ ਆਈ ਸੀ ਫਲਾਣਾ। ਤੁਹਾਨੂੰ ਇਹ ਲੱਗਦਾ ਕਿ ਉਹ ਜਿਹੜਾ ਰਿਸ਼ਤਾ ਹੈਗਾ, ਇਹ ਸੋਚ ਆ ਗਈ, ਹਾਂਜੀ ਬਿਲਕੁਲ, ਸਾਨੂੰ ਉਸ ਬਦਲੇ ਵੀ ਸਾਨੂੰ ਏਦਾਂ ਦੀ ਸੋਚ ਹੀ ਹੋਣੀ ਚਾਹੀਦੀ ਜਿੱਦਾਂ ਕਿ ਸਾਡੀ ਆਪਣੀ ਧੀ ਦੇ ਬਦਲੇ ਸੋਚ ਸੀਗੀ। ਮਤਲਬ ਤੁਹਾਡੇ ਕਹਿਣੇ ਦਾ ਮਤਲਬ ਜੇ ਸਾਡੀ ਸੋਚ ਆਪਣੀ ਲੜਕੀ ਲਈ ਤਾਂ ਆਪਣੀ ਨੂੰਹ ਲਈ ਜਾਂ ਆਪਣੇ ਡੋਟਿੰਗ ਨੂੰਹ ਲਈ ਸੇਮ ਹੋਏ ਤਾਂ ਵਧੀਆ, ਮਤਲਬ ਕੋਈ ਲੜਾਈ ਝਗੜੇ ਨਹੀਂ ਹੋਗੇ। ਸਾਡੀਆਂ ਕੁੜੀਆਂ ਤਾਂ ਜਾਣਗੀਆਂ, ਅਸੀਂ ਤਾਂ ਕਹਾਂਗੇ ਜੀ ਕੁੜੀਆਂ ਨੂੰ ਸਾਡੀ ਨੂੰ ਰਾਜ ਮਿਲੇ, ਆਹ ਹੋਵੇ ਫਲਾਣਾ ਹੋਵੇ, ਪਰ ਜਦੋਂ ਤੁਹਾਡੇ ਘਰ ਨੂੰਹ ਆਈ ਆ ਜੀ ਤੁਸੀਂ ਪੋਚੇ ਵੀ ਲਾਵੋ, ਜੇ ਉਹਨੇ ਮੰਨ ਕਰ ਲਓ ਨਹੀਂ ਪੋਚਾ ਲਾਇਆ ਤਾਂ ਉੱਥੇ ਤੁਸੀਂ ਉਹਨਾਂ ਦਾ ਮੇਰੇ ਆਖੇ ਨੀ ਲੱਗੀ ਆਹ ਨੀ ਲੱਗੀ ਹੈਗੀ, ਮਤਲਬ ਤੁਹਾਡੀ ਸੋਚ ਆ। ਬਿਲਕੁਲ, ਉਹ ਤੁਹਾਨੂੰ ਲੱਗਦਾ ਕਿ ਜਿਹੜਾ ਮਾਈਂਡ ਸੈਟ ਹੈਗਾ ਅਸੀਂ ਕਹਿੰਦੇ ਤਾਂ ਹਾਂ ਹੈਗੇ ਆ ਵੀ ਉਹ ਅਸੀਂ ਬਦਲ ਨਹੀਂ ਰਹੇ ਆਪਣਾ, ਸਾਨੂੰ ਇਹ ਵੀ ਸੋਚਣਾ ਚਾਹੀਦਾ ਚਲੋ ਔਰਤ ਨਹੀਂ ਕੀਤਾ ਤਾਂ ਕੋਈ ਗੱਲ ਨਹੀਂ, ਹਾਂਜੀ, ਜੇ ਆਪਣੀ ਕੁੜੀ ਨੇ ਨਹੀਂ ਕੀਤਾ ਹੈਗਾ ਤਾਂ ਆਪਾਂ ਵੀ ਕਹਿੰਦੇ ਚਲ ਕੋਈ ਗੱਲ ਨਹੀਂ ਤੇ ਨਾ ਅਸੀਂ ਫੇਰ ਕਰ ਲਈ ਜਾਂ ਕਿੱਦਾਂ ਕਰ ਲਈ। ਹਾਂਜੀ, ਮਤਲਬ ਤੁਹਾਡਾ ਕਹਿਣੇ ਦਾ ਇਹੀ ਸੋਚ ਸਾਨੂੰ ਉੱਥੇ ਵੀ ਰੱਖਣੀ ਚਾਹੀਦੀ। ਹਾਂਜੀ, ਤੁਹਾਡਾ ਕਹਿਣੇ ਦਾ ਮਤਲਬ ਵੀਰ ਜੀ ਕਿ ਸਾਨੂੰ ਆਪਣੀ ਸੋਚ ਬਦਲਣ ਦੀ ਜ਼ਰੂਰਤ ਆ। ਬਹੁਤ ਬਹੁਤ ਤੁਹਾਡਾ ਸ਼ੁਕਰੀਆ ਤੁਸੀਂ ਆਏ ਤੇ ਆਪਣੇ ਤੁਸੀਂ ਵੀਰ ਦਿੱਤੇ, ਸਤਿ ਸ਼੍ਰੀ ਅਕਾਲ ਜੀ। ਤਿੰਨਾਂ ਜੀ ਸੋਚ ਬਦਲਣ ਦੀ ਜ਼ਰੂਰਤ ਆ ਇੱਥੇ, ਹਾਂਜੀ, ਤੇ ਜਿਹੜਾ ਵੀਰ ਜੀ ਕਹਿ ਕੇ ਗਏ ਆ, ਤੇ ਕਿਉਂਕਿ ਜੇ ਲੜਕੀ ਤੇ ਡੋਟਿੰਗ ਲੋਨ ਨੂੰ ਸੇਮ ਅਸੀਂ ਕਰੀਏ ਤੇ ਥੋੜਾ ਜਿਹਾ ਜਿਹੜੇ ਸਾਡੇ ਘਰਾਂ ਦੇ ਵਿੱਚ ਡਿਵੋਰਸਸ ਵੀ ਹੈਗੇ ਆ ਤੇ ਉਹ ਵੀ ਘਟ ਜਾਓਗੇ ਤਾਂ ਦੇਖਦੇ ਸਾਡੇ ਬਾਕੀ ਜਿਹੜੇ ਨੈਕਸਟ ਕਾਲਰ ਕੀ ਕਹਿੰਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਥੋਂ ਬੋਲ ਰਹੇ ਜੀ, ਨਾਮ ਦੱਸੋ ਆਪਣਾ। ਕੁਲਵਿੰਦਰ ਕੌਰ। ਹਾਂਜੀ, ਬੋਲ ਰਹੀ ਹਾਂ, ਕੀ ਕਹਿਣਾ ਚਾਹੋਗੇ ਅੱਜ? ਮੈਂ ਤੁਹਾਡਾ ਪ੍ਰੋਗਰਾਮ ਸੁਣ ਰਹੀ ਹਾਂ। ਹਾਂਜੀ, ਮੈਨੂੰ ਏਦਾਂ ਲੱਗਦਾ ਆ ਕਿ ਅਖਾਣ ਆਪਣਾ ਪੰਜਾਬੀ ਦਾ ਇੱਕ ਹੈਗਾ, ਜੋੜੀਆਂ ਜਗ ਥੋੜੀਆਂ ਨਰਮ ਬਥੇਰੇ ਜੀ। ਤੁਸੀਂ ਪੜ੍ਹਿਆ ਲਿਖਿਆ ਵਿੱਚ ਲੈ ਲਓ, ਅਨਪੜ੍ਹਾਂ ਚ ਲੈ ਲਓ, ਜਿੱਦਾਂ ਮਰਜ਼ੀ ਤੁਸੀਂ ਲੈ ਲਓ, ਇਹ ਇਹਨਾਂ ਜੋੜੀਆਂ ਸਾਡੀਆਂ ਥੋੜੀਆਂ ਹੀ ਹੈਗੀਆਂ। ਹੁਣ ਤੁਸੀਂ ਇੱਕ ਕੁਆਲੀਫਾਈਡ ਕੁੜੀ ਲੈ ਲਓਗੇ, ਜਿੱਦਾਂ ਮੈਨੂੰ ਲੱਗਦਾ ਜਿਹੜੀ ਹੈ ਨਾ, ਉਹ ਆਪਣੇ ਘਰੋਂ ਸੰਸਕਾਰ ਲੈ ਕੇ ਆਉਂਦੀ ਹੈ। ਹਾਂਜੀ, ਜੋ ਤੁਸੀਂ ਉਹਨੇ ਬਚਪਨ ਵਿੱਚ ਆਪਣੇ ਮਾਂ ਪਿਓ ਕੋਲ ਦੇਖਿਆ ਨਾ, ਉਹਦਾ ਸੁਭਾਅ ਕੁਦਰਤੀ ਉਦਾਂ ਦਾ ਹੀ ਹੋਏਗਾ ਉਹ ਜੀ। ਤੇ ਜੇ ਉਹ ਅੱਗੋਂ ਪੜ੍ਹ ਲਿਖ ਗਈ ਹੈ ਨਾ, ਉਹ ਉਹਨੇ ਆਪਣਾ ਸੁਭਾਅ ਉਹੀ ਉਹਨੇ ਰੱਖਣਾ ਆ, ਚੇਂਜ ਨੀ ਉਹਨੇ ਕਰਨਾ। ਮਤਲਬ ਜੇ ਪੜ੍ਹੀ ਲਿਖੀ ਵੀ ਹੋਵੇ, ਤੁਹਾਡਾ ਕਹਿਣੇ ਮਤਲਬ ਉਹਦੀ ਆਦਤਾਂ ਨੀ ਬਦਲੂਗੀਆਂ। ਹਾਂ ਹਾਂ, ਠੀਕ ਆ, ਉਹ ਜਿੱਥੇ ਮਰਜ਼ੀ ਚਲੀ ਜਾਏਗੀ ਉਹਨੇ ਉੱਥੇ ਆਪਣੀ ਆਦਤਾਂ ਦੇ ਮੁਤਾਬਕ ਹੀ ਉਹਨੇ ਉੱਥੇ ਜਾ ਕੇ ਵਸਣਾ ਹੈਗਾ। ਤੇ ਫਿਰ ਉੱਥੇ ਜਾ ਕੇ ਅੱਗੇ ਜਾ ਕੇ ਹੋ ਸਕਦਾ ਸੱਸ ਦੀ ਜ਼ਿਆਦਾ ਸਿਆਣੀ ਹੋਵੇ, ਉਹ ਵੀ ਪੜ੍ਹੀ ਲਿਖੀ ਆ, ਉਹ ਵੀ ਪੜ੍ਹੀ ਲਿਖੀ ਆ, ਤੇ ਉੱਥੇ ਉਹਨਾਂ ਦੀਆਂ ਉਹ ਕਲੈਸ਼ ਕਰਦੀਆਂ ਹੋਣ ਉਹ ਗੱਲਾਂ। ਪਰ ਤੁਹਾਨੂੰ ਏਦਾਂ ਲੱਗਦਾ ਕਈ ਵਾਰ ਪੇਰੈਂਟਸ ਆਪਣੀ ਤਰਫੋਂ ਪੂਰੀ ਕੋਸ਼ਿਸ਼ ਕਰਦੇ ਆ, ਏਦਾਂ ਦੇ ਐਗਜ਼ਾਮਪਲਸ ਵੀ ਬਹੁਤ ਹੁੰਦੇ ਆ, ਘਰ ਦਾ ਮਾਹੌਲ ਵੀ ਬਹੁਤ ਅੱਛਾ ਹੈ। ਮੈਂ ਦੇਖ ਚੁੱਕੀ ਆ, ਮੈਂ ਬਹੁਤ ਘਰਾਂ ਵਿੱਚ ਦੇਖ ਚੁੱਕੀ ਆ ਜੀ, ਮੈਂ ਪੜ੍ਹਿਆ ਲਿਖਿਆ ਨੂੰ ਦੇਖਿਆ, ਦੋਨਾਂ ਨੇ ਮਤਲਬ ਦੋਨੋਂ ਕੁਆਲੀਫਾਈਡ ਨੇ, ਕੋਈ ਉਹ 10ਵੀਂ 10ਵੀਂ ਨਹੀਂ ਪਾਸ ਹੈਗੇ, ਕੁਆਲੀਫਾਈਡ ਨੇ, ਐਮਐਸਸੀ ਕੁੜੀ ਆ, ਐਮਐਸਸੀ ਮੁੰਡਾ ਆ, ਉਹਨਾਂ ਦੋਨਾਂ ਵਿਆਹ ਹੋ ਗਏ ਨੇ, ਉਹਨਾਂ ਦੋਨਾਂ ਦੀ ਆਪਸ ਵਿੱਚ ਬਣਦੀ ਨਹੀਂ ਹੈਗੀ। ਪਰ ਕਈ ਮੈਂ ਬਹੁਤ ਐਸੇ ਵੀ ਐਗਜ਼ਾਮਪਲਸ ਦੇਖੇ ਆ ਜਿਹੜੇ ਕੁਆਲੀਫਾਈਡ ਹੈ, ਕੀ ਕਹਿੰਦੇ ਆ, ਉਹ ਕੰਧੇ ਨਾਲ ਕੰਧਾ ਮਿਲਾ ਕੇ ਚੱਲ ਰਹੇ ਆ। ਇਹ ਵੀ ਮੈਂ ਤੁਹਾਨੂੰ ਐਗਜ਼ਾਮਪਲ ਦੇਣ ਲੱਗੀ ਆ, ਮੈਂ ਉਹ ਵੀ ਦੇਖੀ ਆ ਫੈਮਿਲੀਜ਼, ਜਿੱਥੇ ਕੁੜੀ ਬਹੁਤ ਜ਼ਿਆਦਾ ਕੁਆਲੀਫਾਈਡ ਹੈ, ਮੁੰਡਾ ਘੱਟ ਆ, ਲੇਕਿਨ ਦੋਨਾਂ ਦੀ ਅੰਡਰਸਟੈਂਡਿੰਗ ਹੈ। ਬਿਲਕੁਲ, ਔਰ ਉਹਨਾਂ ਦਾ ਘਰ ਵੀ ਅੱਜ ਅੱਗੇ ਵੱਧ ਰਹੇ ਆ। ਹਾਂ, ਇਹ ਡਿਪੈਂਡ ਕਰਦਾ ਆ, ਮੈਂ ਕਹਿੰਦੀ ਆ ਜੋ ਮੈਂ ਸੋਚਦੀ ਆ। ਹਾਂਜੀ, ਕੁੜੀ ਦੇ ਅੰਦਰ ਥੋੜੀ ਸਹਿਣਸ਼ੀਲਤਾ ਹੋਣੀ ਚਾਹੀਦੀ ਆ,
ਕੁੜੀ ਦੇ ਅੰਦਰ ਪੇਸ਼ੈਂਸ ਹੋਣੀ ਚਾਹੀਦੀ ਆ, ਤੇ ਉਹ ਚਾਹੇ ਪੜ੍ਹੀ ਲਿਖੀ ਹੋਵੇ ਚਾਹੇ ਉਹ ਘੱਟ ਪੜ੍ਹੀ ਲਿਖੀ ਹੋਵੇ, ਜੇ ਉਹ ਆਪਣੀ ਉਹਦੇ ਅੰਦਰ ਸਹਿਣਸ਼ੀਲਤਾ ਤੇ ਅੰਡਰਸਟੈਂਡਿੰਗ ਹੋਏਗੀ ਨਾ, ਉਹ ਘਰ 100% ਉਹ ਸੰਭਾਲ ਲੇਗੀ, ਬੈਲੈਂਸ ਕਰ ਲੇਗੀ। ਜੇ ਹਸਬੈਂਡ ਥੋੜਾ ਜਿਹਾ ਗੁੱਸੇ ਵਾਲਾ ਵੀ ਆ ਜਾਂ ਵਾਈਫ, ਦੋਨਾਂ ਵਿੱਚ ਨਾ ਇਹ ਅੰਡਰਸਟੈਂਡ ਜ਼ਰੂਰ ਹੋਣੀ ਚਾਹੀਦੀ ਆ। ਜਿਹੜੀ ਸਾਨੂੰ ਪੜ੍ਹਾਈ ਹੈ ਨਾ ਉਹ ਸਾਨੂੰ ਚੰਗੇ ਗੁਣ ਦਿੰਦੀ ਆ। ਹਾਂਜੀ, ਅਸੀਂ ਇੰਨੇ ਪੜ੍ਹੇ ਲਿਖੇ, ਭਾਵੇਂ ਆਪਾਂ ਮੈਟ੍ਰਿਕ ਹੀ ਕੀਤੀ ਹੋਵੇ ਨਾ, ਮੈਟ੍ਰਿਕ ਤੱਕ ਬੇਸਿਕ ਐਜੂਕੇਸ਼ਨ ਹੁੰਦੀ ਹੈ ਕਿ ਸਾਨੂੰ ਉਹ ਸਾਨੂੰ ਕੀ ਦੱਸਦੀ ਪਈ ਹੈ, ਐਜੂਕੇਸ਼ਨ ਸਾਨੂੰ ਕੀ ਸਿਖਾਉਂਦੀ ਪਈ ਹੈ। ਪਰ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਅੱਜ ਕੱਲ੍ਹ ਦੀ ਜਿਹੜੀ ਕੁੜੀਆਂ ਉਹਨਾਂ ਦੇ ਅੰਦਰ ਇੰਨੀ ਪੇਸ਼ੈਂਸ ਨਹੀਂ ਹੈ? ਨਹੀਂ ਹੈਗੀ। ਔਰ ਉਹਦਾ ਕੀ ਰੀਜ਼ਨ ਹੈ? ਉਹਦਾ ਰੀਜ਼ਨ ਹੈ ਸ਼ਾਇਦ ਉਹ ਇਹ ਸੋਚਦੀ ਆ ਕਿ ਜੇ ਤੂੰ ਬੋਲ ਸਕਦਾ ਤਾਂ ਮੈਂ ਵੀ ਤੈਨੂੰ ਬੋਲ ਕੇ ਦਿਖਾ ਸਕਦੀ ਹਾਂ, ਜੇ ਤੂੰ ਮੈਨੂੰ ਇਹ ਗੱਲ ਕਹੇਗਾ ਤਾਂ ਮੈਂ ਵੀ ਤੈਨੂੰ ਦੱਸ ਸਕਦੀ ਹਾਂ। ਜਾਂ ਜਿਹੜੀ ਪੜ੍ਹੀਆਂ ਲਿਖੇ ਦੋਨੋਂ ਪੜ੍ਹੇ ਲਿਖੇ ਉਹ ਕਹਿੰਦੇ ਜੇ ਤੂੰ ਮੇਰੇ ਤੇ ਇਹ ਗੱਲ ਲਾਗੂ ਕਰਦਾ ਤਾਂ ਮੈਂ ਕਿਉਂ ਨਹੀਂ ਕਰ ਸਕਦੀ, ਮਤਲਬ ਕੰਮ ਕਰਦਾ ਤਾਂ ਮੈਂ ਕਿਉਂ ਨਹੀਂ ਕਰ ਸਕਦੀ ਹੈਗੀ। ਸਹਾਰਦੇ ਨਹੀਂ ਇੱਕ ਦੂਜੇ ਦੀ ਗੱਲ? ਹਾਂਜੀ ਸਰ, ਉੱਥੋਂ ਤੇ ਅੱਗੇ ਵੱਧ ਜਾਂਦੀਆਂ ਗੱਲਾਂ ਬਹੁਤ ਬਹੁਤ। ਹਾਂਜੀ, ਉਹ ਫਿਰ ਅੱਗੋਂ ਬੱਚਿਆਂ ਤੇ ਅਸਰ ਪੈਂਦਾ, ਜੋ ਬੋਲਦੇ ਆ ਨਾ ਉਹ ਬੱਚੇ ਸੁਣਦੇ ਆ, ਬੱਚੇ ਵੱਡੇ ਹੋ ਕੇ ਫਿਰ ਉਹ ਉਹੀ ਗੱਲਾਂ ਉਹ ਕਰਦੇ ਹੈਗੇ। ਬਹੁਤ ਬਹੁਤ ਸ਼ੁਕਰੀਆ ਭੈਣ ਜੀ, ਤੁਸੀਂ ਬਹੁਤ ਸੋਹਣੇ ਆਪਣੇ ਵਿਚਾਰ ਦੱਸੇ। ਤੇ ਭੈਣ ਜੀ ਨੇ ਜਿੱਦਾਂ ਕਿਹਾ ਕਿ ਇਹਨਾਂ ਦਾ ਕਹਿਣੇ ਦਾ ਮਤਲਬ ਆ, ਜੇ ਤੁਹਾਡੇ ਜਿਹੜੇ ਸੰਸਕਾਰ ਅੱਛੇ ਆ, ਅਗਰ ਤੁਸੀਂ ਪੜ੍ਹੇ ਲਿਖੇ ਵੀ ਆ ਫਿਰ ਵੀ ਤੁਸੀਂ ਠੀਕ ਰਹਿਣਾ ਆ, ਜੇ ਤੁਸੀਂ ਨਹੀਂ ਪੜ੍ਹੇ ਲਿਖੇ ਫਿਰ ਵੀ ਠੀਕ ਰਹਿਣਾ ਆ। ਜੀ ਮੈਂ ਇਹ ਗੱਲ ਤੇ ਅਗਰੀ ਕਰਦੀ ਹਾਂ, ਸੰਸਕਾਰ ਬਹੁਤ ਮੈਟਰ ਕਰਦੇ ਆ, ਪਰ ਕਿੰਨੇ ਕੇਸਿਸ 'ਚ ਅਸੀਂ ਦੇਖਿਆ ਪੇਰੈਂਟਸ ਦੀ ਤਰਫੋਂ ਕੋਈ ਕਮੀ ਨਹੀਂ ਹੁੰਦੀ। ਤੁਹਾਨੂੰ ਪਤਾ ਕਿ ਇੱਕ ਹਾਂਜੀ ਪੇਰੈਂਟਸ ਤੋਂ ਤੁਹਾਨੂੰ ਕੋਈ ਕਮੀ, ਹਾਂਜੀ ਕੋਈ ਮਾਂ ਬਾਪ ਨਹੀਂ ਚਾਹੁੰਦਾ ਕਿ ਉਹਦਾ ਬੱਚਾ ਰੂਡ ਜਾਂ ਐਰੋਗੈਂਟ ਜਾਂ ਉਸ 'ਚ ਕੁੜੀਆਂ, ਸਪੈਸ਼ਲੀ ਸਾਡੀ ਕਮਿਊਨਿਟੀ 'ਚ ਇਹ ਹੁੰਦਾ ਕਿ ਕੁੜੀਆਂ ਆਪਣੇ ਕਲਚਰ 'ਚ ਰਹਿਣ। ਹਾਂਜੀ ਠੀਕ ਹੈ, ਪਰ ਤੁਸੀਂ ਇਹ ਅਗਰੀ ਕਰਦੇ ਆ ਕਿ ਜਦ ਓਵਰ 18 ਐਡਲਟ ਹੋ ਜਾਂਦੀ ਹੈ, ਯੂਨੀਵਰਸਿਟੀ ਚਲੇ ਗਏ, ਕਾਲਜ ਚਲੇ ਗਏ, ਪੀਅਰ ਪ੍ਰੈਸ਼ਰ, ਉਹਨਾਂ ਦਾ ਆਪਣਾ ਫੇਰ ਹੋ ਜਾਂਦਾ, ਉਹ ਆਪਣੀ ਚੇਂਜ ਹੋ ਜਾਂਦੇ ਆ। ਹਾਂਜੀ, ਉਹਨਾਂ ਦੀ ਜਿਹੜੇ ਕਈ ਵਾਰ ਜਿਹੜੇ ਉਹਨਾਂ ਦੇ ਆਪਣੇ ਘਰ ਹੈ ਉਹ ਵੀ ਸਟਰਗਲ ਕਰਦੇ ਆ। ਹਾਂਜੀ ਤਿੰਨਾ ਜੀ, ਸਾਡਾ ਹੋ ਗਿਆ ਜੀ ਬ੍ਰੇਕ ਦਾ ਟਾਈਮ, ਤੇ ਅਸੀਂ ਲੈਂਦੇ ਆ ਜੀ ਛੋਟ ਜੇ ਬ੍ਰੇਕ, ਅਸੀਂ ਤੇ ਕਾਲ ਤੁਹਾਡੀ ਬ੍ਰੇਕ ਤੋਂ ਬਾਅਦ ਅਸੀਂ ਫਿਰ ਲਵਾਂਗੇ ਤੇ ਲੈਂਦੇ ਆ ਛੋਟ ਜੇ ਬ੍ਰੇਕ। ਅਕਾਲ ਚੈਨਲ ਦੇ ਸਾਰੇ ਦਰਸ਼ਕਾਂ ਲਈ ਅਸੀਂ ਲੈ ਕੇ ਆਏ ਇੱਕ ਨਵਾਂ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਡਿਸਕਸ ਕਰਾਂਗੇ ਸੋਸ਼ਲ ਇਸ਼ੂਸ, ਵਿਰਸੇ ਨਾਲ ਜੁੜੀਆਂ ਗੱਲਾਂ ਬਾਤਾਂ। ਪ੍ਰੋਗਰਾਮ ਦਾ ਨਾਮ ਹੈ ਸੋਚ, ਮੇਰੀ ਸੋਚ, ਤੁਹਾਡੀ ਸੋਚ, ਸਾਡੀ ਸਾਰਿਆਂ ਦੀ ਸੋਚ। ਤੁਹਾਡਾ ਬ੍ਰੇਕ ਤੋਂ ਬਾਅਦ ਸਾਰਿਆਂ ਦਾ ਫਿਰ ਸਵਾਗਤ ਹੈ ਜੀ, ਅਤੇ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਕਿ ਜਿਹੜੀਆਂ ਲੜਕੀਆਂ ਜ਼ਿਆਦਾ ਪੜ੍ਹ ਲਿਖ ਜਾਂਦੀਆਂ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਜਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਆ ਆਪਣੇ ਪਰਿਵਾਰਾਂ ਦੇ ਵਿੱਚ, ਅਤੇ ਅਸੀਂ ਜਿਹੜੇ ਸਾਡੇ ਦਰਸ਼ਕਾਂ ਨੇ ਸਾਨੂੰ ਫੋਨ ਵੀ ਕੀਤੇ ਆ ਅਤੇ ਉਹਨਾਂ ਨੂੰ ਤੁਸੀਂ ਵੀ ਸੁਣੇ ਹੋਣੇ, ਅਗਰ ਤੁਹਾਨੂੰ ਵੀ ਇਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤਾਂ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹਾਂ, ਸਾਡੀਆਂ ਲਾਈਨਾਂ ਖੁੱਲੀਆਂ। ਅਤੇ ਟੀਨਾ ਜੀ ਤੁਹਾਡਾ ਵੀ ਇੱਕ ਵਾਰੀ ਫਿਰ ਸਵਾਗਤ ਹੈ ਬ੍ਰੇਕ ਤੋਂ ਬਾਅਦ, ਅਤੇ ਤੁਸੀਂ ਵੀ ਗੱਲਾਂ ਸੁਣੀਆਂ ਅਤੇ ਦੇਖਦੇ ਹਾਂ ਕਿ ਸਾਡੇ ਕਾਲਰ ਜਿਹੜੇ ਬੜੇ ਉਤਾਵਲੇ ਆ ਬ੍ਰੇਕ ਤੋਂ ਬਾਅਦ, ਕਹਿੰਦੇ ਆ ਕਿ ਅਸੀਂ ਗੱਲਬਾਤ ਕਰਨੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹੈਲੋ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਥੋਂ ਬੋਲ ਰਹੇ ਤੇ ਆਪਣਾ ਨਾਮ ਦੱਸੋ? ਮੈਂ ਬਰਮਿੰਘਮ ਤੋਂ ਬੋਲਦੀ ਹਾਂ, ਮੇਰਾ ਨਾਮ ਗਗਨ ਹੈ। ਗਗਨ ਜੀ, ਤੇ ਕੀ ਕਹਿਣਾ ਚਾਹੋਗੇ ਅੱਜ ਦੇ? ਯੋ ਗੱਲ ਚੱਲਦੀ ਪਈ ਹੈ ਕਿ ਪੜ੍ਹੀਆਂ ਲਿਖੀਆਂ ਜੋ ਲੜਕੀਆਂ ਤੇ ਮੈਰਿਜ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਜਾਂ ਕੁਛ ਨਾ, ਜਾਂ ਕਿਉਂ ਵਿਆਹ ਨਹੀਂ ਕਰਵਾ ਰਹੀਆਂ ਜਾਂ ਇੱਥੇ ਪ੍ਰੋਬਲਮਸ ਕੀ ਆ ਰਹੀਆਂ ਨੇ। ਹਾਂਜੀ,
ਤੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਡੇ ਇੱਥੇ ਜੋ ਲੋਕ ਆਏ ਹੋਏ ਨੇ ਪਹਿਲਾਂ ਦੇ ਪੁਰਾਣੇ ਲੋਕ ਆਏ ਹੋਏ ਨੇ ਪਹਿਲਾਂ ਦੇ ਹਾਂਜੀ ਇਹ ਉਹਨਾਂ ਦੇ ਖੁਦ ਦੇ ਮਾਈਂਡਸੈਟ ਜਿਹੜੇ ਨਾ ਉਹ ਨਹੀਂ ਚੇਂਜ ਹੋਏ ਹੈਗੇ ਅਜੇ ਉਹ ਉਹ ਸੋਚਦੇ ਆ ਕਿ ਮਤਲਬ ਬੱਚਿਆਂ ਨੂੰ ਪੜ੍ਹਾ ਲਿਖਾ ਤਾਂ ਰਹੇ ਆ ਤੇ ਉਹ ਬੱਚੇ ਵੀ ਪੜ੍ਹ ਲਿਖੇ ਜਾਂਦੇ ਪਰ ਉਹ ਸੋਚਦੇ ਆ ਕਿ ਚਲੋ ਜੀ ਇਹ ਬੀਂਗ ਮਾਡਰਨ ਲਾਈਕ ਡਰੈਸਿੰਗ ਅਪ ਗੋਇੰਗ ਆਊਟ ਦਿਸ ਐਂਡ ਦੈਟ ਦੈਟਸ ਬੀਂਗ ਮਾਡਰਨ ਨਾ ਪਰ ਉਹਨਾਂ ਦੇ ਨਾਲ ਨਾਲ ਬੱਚਿਆਂ ਨੂੰ ਵੈਲਿਊ ਸਿਖਾਉਣੀਆਂ ਵੀ ਬਹੁਤ ਜ਼ਰੂਰੀ ਆ ਪਰ ਤੁਹਾਨੂੰ ਲੱਗਦਾ ਕਿ ਸੋਰੀ ਮੈਂ ਤੁਹਾਨੂੰ ਕੱਟ ਕੇ ਅਗਰ ਪਿੱਛੇ ਪੰਜਾਬ ਦੀ ਗੱਲ ਕਰੀ ਜਾਏ ਤਾਂ ਪੰਜਾਬ ਦੇ ਲੋਕ ਜਿਹੜੇ ਪਿੱਛੇ ਅਨਪੜ੍ਹ ਤੋਂ ਤੇ ਪੜ੍ਹੇ ਹੋਏ ਤੇ ਅਨਪੜ੍ਹਤਾ ਵਿੱਚ ਕੋਈ ਐਡਾ ਫਰਕ ਨਹੀਂ ਹੈਗਾ ਉੱਥੇ ਰਹਿੰਦਾ ਮੇਰੇ ਆਪਣੇ ਖੁਦ ਦੇ ਰੈਲੇਟਿਵ ਨੇ ਆਂਟੀ ਤੇ ਉਹ ਖੁਦ ਬਿਲਕੁਲ ਪੜ੍ਹੇ ਹੋਏ ਨਹੀਂ ਹੈਗੇ ਪਰ ਉਹਨਾਂ ਦੀ ਜਿਹੜੀਆਂ ਦੋਨੋਂ ਡੋਟਰ ਜੋ ਆਈਆਂ ਨੇ ਇਹ ਕਾਫੀ ਪੜ੍ਹੀਆਂ ਹੋਈਆਂ ਹੈ ਨਾ ਤੇ ਪਰ ਉਹਨਾਂ ਦੀ ਆਪਸ ਵਿੱਚ ਇੰਨੀ ਬਣਦੀ ਪਈ ਆ ਕਿ ਉਹ ਤੁਸੀਂ ਉਹ ਉਹ ਪਿਛਲੀ ਸੋਸਾਇਟੀ ਪੰਜਾਬ ਦੀ ਜਿਹੜੀ ਉੱਥੇ ਬੈਕ ਹੋਮ ਉਹ ਉਹ ਚੇਂਜ ਹੋ ਰਹੀ ਆ ਕਾਫੀ ਤੁਹਾਡਾ ਮਤਲਬ ਕਹਿਣੇ ਦਾ ਇੱਥੇ ਦੇ ਜਿਹੜੇ ਲੋਕੀ ਪਹਿਲੇ ਆਏ ਉਹਨਾਂ ਦੀ ਸੋਚ ਬਦਲੀ ਨਹੀਂ ਤੇ ਜਿਹੜੇ ਇੰਡੀਆ ਦੇ ਬਦਲ ਗਏ ਉੱਥੇ ਲੈ ਕੇ ਬੈਠੇ ਪਰ ਤੁਹਾਨੂੰ ਉਹਦਾ ਕੀ ਰੀਜ਼ਨ ਲੱਗ ਰਿਹਾ ਹੈ ਤੇ ਉਹ ਇਹ ਕਹਿੰਦੇ ਆ ਕਿ ਇੱਥੇ ਦੇ ਨਿਆਣੇ ਹੋ ਰਿਹਾ ਉੱਥੇ ਦੇ ਨਿਆਣੇ ਹੋ ਰਿਹਾ ਪਰ ਤੁਹਾਨੂੰ ਉਹਦਾ ਕੀ ਰੀਜ਼ਨ ਲੱਗ ਰਿਹਾ ਕਿਉਂ ਹੈ ਇਦਾਂ ਆਈ ਥਿੰਕ ਅਰੇ ਲੋ ਜਾਂ ਤਾਂ ਉਹਨਾਂ ਨੇ ਆਪਣੇ ਆਪ ਨੂੰ ਪਿੱਛੇ ਨਾਲੋਂ ਤੋੜ ਕੇ ਰੱਖ ਲਿਆ ਜਾਂ ਉਹਨਾਂ ਨੇ ਆਪਣੇ ਆਪ ਨੂੰ ਅਲੱਗ ਕਰਕੇ ਰੱਖ ਲਿਆ ਜਾਂ ਉਸ ਚੀਜ਼ ਨੂੰ ਸਮਝ ਨਹੀਂ ਸਕੇ ਤੁਹਾਨੂੰ ਇਹਦਾ ਇੱਕ ਇਹ ਰੀਜ਼ਨ ਵੀ ਲੱਗਦਾ ਕਿ ਕਿੰਨੀ ਆਪਣੀ ਪਾਪੂਲੇਸ਼ਨ ਇੱਥੇ ਇੱਦਾਂ ਦੀ ਹੈ ਜਿਹਨਾਂ ਨੂੰ ਆਏ 30-40 ਸਾਲ ਹੋ ਗਏ ਆਈ ਥਿੰਕ 15-15-20 ਸਾਲ ਹੋ ਗਏ ਉਹ ਮੁੜ ਕੇ ਇੰਡੀਆ ਨਹੀਂ ਗਏ ਔਰ ਕਿੰਨੀ ਜਨਰੇਸ਼ਨ ਐਸੀ ਹੈ ਜਿਹੜੇ ਅੱਜ 30-40 ਸਾਲ ਦੇ ਨੌਜਵਾਨ ਹੋ ਗਏ ਉਹਨਾਂ ਦੇ ਅੱਗੇ ਬੱਚੇ ਵੀ ਹੋ ਗਏ ਨਾ ਉਹ ਆਪ ਇੰਡੀਆ ਗਏ ਨਾ ਉਹ ਆਪਣੇ ਬੱਚਿਆਂ ਨੂੰ ਲੈ ਕੇ ਇੰਡੀਆ ਗਏ ਬਿਲਕੁਲ ਤੇ ਉਹਨਾਂ ਨੂੰ ਪਿੱਛੇ ਦਾ ਤਾਂ ਪਤਾ ਨਹੀਂ ਲੱਗਿਆ ਤੇ ਉਹਨਾਂ ਨੂੰ ਵੈਲਿਊ ਦੇ ਪਤਾ ਉਹਨਾਂ ਦੇ ਹਿਸਾਬ ਦੇ ਨਾਲ ਕਿ ਪੜ੍ਹੇ ਲਿਖੇ ਹੋ ਗਏ ਮਾਡਰਨ ਹੋ ਗਏ ਗੋਇੰਗ ਆਊਟ ਈਟਿੰਗ ਰੈਸਟੋਰੈਂਟ ਔਰ ਸਮਥਿੰਗ ਲਾਈਕ ਡੂਇੰਗ ਦੈਟ ਇਜ਼ ਬੀਇੰਗ ਮਾਡਰਨ ਹੈ ਨਾ ਹਾਂਜੀ ਪਰ ਇਹ ਨਹੀਂ ਹੈਗਾ ਕਿ ਤੁਸੀਂ ਪੜ੍ਹੇ ਲਿਖੇ ਤੇ ਅਨਪੜ੍ਹ ਦੋਨੋਂ ਇੱਕ ਘਰ ਦੇ ਵਿੱਚ ਨਾ ਬੜੇ ਸਮੂਥਲੀ ਹਾਰਮੋਨੀ ਦੇ ਨਾਲ ਰਹਿ ਸਕਦੇ ਆ ਸਿਰਫ ਅਗੇ ਜਿਹੜੇ ਪਹਿਲੇ ਜਿਹੜੀ ਜਨਰੇਸ਼ਨ ਇੱਥੇ ਆਈ ਹੋਈ ਹੈ ਉਹਨਾਂ ਨੂੰ ਵੀ ਆਪਣੀ ਸੋਚ ਮਿਲਾ ਕੇ ਨਾ ਪੜ੍ਹਿਆ ਲਿਖਿਆ ਦੇ ਨਾਲ ਅਗਰ ਉਹ ਮਿਲਾਉਣ ਆਪਣੀ ਸੋਚ ਤੇ ਪੜ੍ਹਿਆ ਲਿਖਿਆ ਨੂੰ ਵੀ ਵੈਲਿਊ ਸਿਖਾਈ ਜਾਣ ਕਿ ਸਾਡਾ ਕਲਚਰ ਕੀ ਹੈਗਾ ਸਾਨੂੰ ਪੜ੍ਹੇ ਲਿਖੇ ਹੋਣ ਦੇ ਨਾਲ ਨਾਲ ਵੀ ਸਾਨੂੰ ਆਪਣਾ ਇਹ ਕਲਚਰ ਨਹੀਂ ਭੁੱਲਣਾ ਹੈਗਾ ਸਾਡੀਆਂ ਵੈਲਿਊਜ਼ ਨਹੀਂ ਭੁੱਲਣੀਆਂ ਚਾਹੀਦੀਆਂ ਹੈਗੀਆਂ ਤੇ ਉਸ ਦੇ ਨਾਲ ਹੀ ਦੋਨੋਂ ਪਾਸਿਆਂ ਦੇ ਵਿੱਚ ਹਾਰਮਨੀ ਆ ਸਕਦੀ ਹੈ ਤਰੱਕੀ ਕਰ ਗਿਆ ਮੇਰੇ ਖਿਆਲ ਦੇ ਨਾਲ ਇਹ ਬਹੁਤ ਇੰਪੋਰਟੈਂਟ ਹੈ ਕਿ ਪਿੱਛੇ ਜਾ ਕੇ ਆਪਣੀ ਜੜਾਂ ਦੇ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਆ ਹਨਾ ਪਰ ਤੁਹਾਨੂੰ ਇਹ ਵੀ ਲੱਗਦਾ ਕਿ ਜਿੱਦਾਂ ਜੜਾਂ ਨਾਲ ਜੁੜੇ ਰਹਿਣਾ ਜ਼ਰੂਰੀ ਹੈ ਔਰ ਕੀ ਕਹਿੰਦੇ ਆ ਪਲੇਟਫਾਰਮ ਲਾਈਕ ਦਿਸ ਅਸੀਂ ਜਿੱਦਾਂ ਇਹ ਚੈਨਲਸ ਹੈਗੇ ਨੇ ਇੰਨਾ ਐਕਸਪੋਜ਼ਰ ਵੀ ਹੈਗਾ ਅਸੀਂ ਟੀਵੀ ਦੇ ਰਾਹੀਂ ਵੀ ਦੇਖਦੇ ਹਾਂ ਕਿ ਕਿੰਨੀ ਤਰੱਕੀ ਕਰ ਗਿਆ ਇੰਡੀਆ ਕਿੰਨੀ ਤਰੱਕੀ ਕਰ ਗਿਆ ਪੰਜਾਬ ਫਿਰ ਵੀ ਉਹ ਜਿਹੜਾ ਮਾਇੰਡ ਸੈੱਟ ਹੈ ਜਾਂ ਸਾਈਕੋਲੋਜੀਕਲ ਥਿੰਕਿੰਗ ਹੈ ਉਹ ਚੇਂਜ ਨਹੀਂ ਹੋ ਰਹੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਤੁਸੀਂ ਬਹੁਤ ਸੋਹਣੇ ਆਪਣੇ ਵਿਚਾਰ ਦੱਸੇ ਟੀਨਾ ਜੀ ਕਿਉਂਕਿ ਸਾਡੇ ਕਿਉਂ ਹੈਗੇ ਲੱਗੇ ਕਿਉਂਕਿ ਹੋਰ ਵੀ ਕਾਲਰ ਸਾਡੇ ਇੰਤਜ਼ਾਰ ਕਰ ਰਹੇ ਇਸ ਕਰਕੇ ਅਸੀਂ ਉਹਨਾਂ ਤੋਂ ਵੀ ਮਾਫ਼ੀ ਮੰਗਦੇ ਕਿ ਤੁਹਾਨੂੰ ਟਾਈਮ ਥੋੜ੍ਹਾ ਦਿੱਤਾ ਅਤੇ ਦੇਖਦੇ ਹਾਂ ਕਿ ਸਾਡੇ ਅਗਲੇ ਕਾਲਰ ਕੌਣ ਆ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਭੈਣ ਜੀ ਸਬਜੈਕਟ ਬਹੁਤ ਅੱਛਾ ਡਿਸਕਸ ਹੋ ਰਿਹਾ ਹੈਗਾ ਮਗਰ ਬਹੁਤ ਵਾਈਡ ਆ ਹਾਂਜੀ ਬਿਲਕੁਲ ਐਬਸੋਲੂਟਲੀ ਇਹ ਆ ਕਿ ਹਰ ਇੱਕ ਇਨਸਾਨ ਇੰਡੀਵਿਜੁਅਲ ਪ੍ਰੋਬਲਮ ਦਾ ਫੈਮਿਲੀਜ਼ ਪ੍ਰੋਬਲਮ ਦਾ ਜਾਂ ਕੁਛ ਵੀ ਆ ਜੀ ਕੀ ਤੁਸੀਂ ਸੋਚਦੇ ਪਹਿਲਾ ਵਕਤ ਅੱਜ ਨਾਲ ਅੱਛਾ ਸੀ ਜਾਂ ਅੱਜ ਦਾ ਪੜ੍ਹਿਆ ਲਿਖਿਆ ਅੱਛਾ ਹੈ ਵਕਤ ਜਿਹੜਾ ਹੈਗਾ ਦੇਖੋ ਵਕਤ ਬਦਲਦਾ ਰਹੇਗਾ ਬਦਲਦਾ ਆ ਹਾਂਜੀ ਠੀਕ ਹੈ ਉਹਦੇ ਨਾਲ ਵਕਤ ਨਾਲ ਸਿਚੁਏਸ਼ਨ ਸਰਕਮਸਟੈਂਸਸ ਸਾਰਾ ਕੁਝ ਬਦਲਦਾ ਆ ਸਾਰਾ ਕੁਝ ਬਦਲਦਾ ਜੀ ਠੀਕ ਹੈ ਜਿਹੜੇ ਪਹਿਲੇ ਚੈਲੰਜਸ ਸੀਗੇ ਉਹ ਹੁਣ ਨਹੀਂ ਹੈਗੇ ਜਿਹੜੇ ਹੁਣ ਚੈਲੰਜਸ ਉਹ ਪਹਿਲਾਂ ਨਹੀਂ ਸੀਗੇ ਕੀ ਤੁਸੀਂ ਸੋਚਦੇ ਆ ਕਿ ਜਿਹੜੇ ਹੁਣ ਆ ਰਹੇ ਆ ਸਾਰੇ ਸਭ ਕੁਝ ਉਹੀ ਅੱਛਾ ਹੈ ਨਹੀਂ ਬਿਲਕੁਲ ਵੀ ਨਹੀਂ ਕਿਉਂਕਿ ਦੇਖਿਆ ਜਾਏ ਨਿਊਕਲੀਅਰ ਫੈਮਿਲੀਜ਼ ਕਿੰਨੀਆਂ ਹੋ ਗਈਆਂ ਸਟਰੋਂਗ ਮਾਈਂਡਡਨੈਸ ਕਿੰਨੀ ਹੋ ਗਈ ਦੇਖੋ ਪਹਿਲਾਂ ਲੋਕਾਂ ਦੇ ਵਿੱਚ ਮੇਨ ਵਰਤਨ ਕਿੰਨੀ ਸੀ ਬਿਲਕੁਲ ਫੈਮਿਲੀ ਜਿਹੜੀ ਇੱਕ ਬੇਸ ਹੁੰਦਾ ਘਰ ਦਾ ਹਾਂਜੀ ਅੱਜ ਦੀ ਔਰਤ ਜਿਹੜੀ ਹੈਗੀ ਆ ਜਿੰਨਾ ਮਤਲਬ ਪਹਿਲਾਂ ਮੈਰਿਜ ਹਰ ਚੀਜ਼ ਦੀ ਕੋਈ ਟਾਈਮ ਹੁੰਦਾ ਆ ਹਾਂਜੀ ਮੈਰਿਜ ਟਾਈਮ ਤੇ ਹੁੰਦੀਆਂ ਸੀ ਬਿਲਕੁਲ ਲੜਕੀਆਂ ਬਲਕਿ ਛੋਟੀਆਂ ਵਿੱਚ ਵੀ ਹੋ ਜਾਂਦੀਆਂ ਸੀ ਉਹ ਆਪਣੇ ਘਰ ਨੂੰ ਆਪਣੇ ਦੂਸਰੇ ਘਰ ਦੇ ਮੁਤਾਬਕ ਐਡਜਸਟ ਕਰਦੇ ਸੀਗੇ ਮਗਰ ਹੁਣ ਇੰਨੀ ਇੰਨੀ ਉਮਰਾਂ ਤੱਕ ਮੈਰਿਜ ਨਹੀਂ ਹੁੰਦੀਆਂ ਉਹਨਾਂ ਨੂੰ ਇੰਨੀ ਖੁੱਲ੍ਹ ਖੇਲ ਹੁੰਦੀ ਹੈਗੀ ਆ
ਕਿ ਉਹਨਾਂ ਨੂੰ ਬਾਹਰ ਫਿਰਨਾ ਤੁਰਨਾ ਘੁੰਮਣਾ ਫਿਰਨਾ ਬਾਹਰਲਾ ਖਾਣਾ ਉਹ ਸਭ ਅੱਛਾ ਲੱਗਦਾ। ਤੁਹਾਨੂੰ ਕਹਿਣੇ ਦਾ ਮਤਲਬ ਭੈਣ ਜੀ ਕਿ ਤੁਸੀਂ ਮਤਲਬ ਜਿਹੜੀਆਂ ਬੱਚੀਆਂ ਦੇ ਨਾਲ ਇਹ ਵੀ ਆ ਅੱਜ ਇਹ ਹੋ ਰਿਹਾ ਹੁਣ ਇੱਥੇ ਆ ਇੰਗਲੈਂਡ ਦੇ ਵਿੱਚ ਆ ਜਿਵੇਂ ਪੱਬ ਸਭ ਬੰਦ ਹੋ ਰਹੇ ਹੋਏ ਨਾ ਬੰਦ ਹਾਂਜੀ ਮਗਰ ਉਹਨਾਂ ਦੀ ਬਜਾਏ ਖੁੱਲੇ ਕੀ ਆ ਰੈਸਟੋਰੈਂਟ ਪਰ ਤੁਸੀਂ ਇਹ ਮੰਨਦੇ ਹੋ ਘਰ ਖਾਣਾ ਬਣਾਉਣਾ ਔਰਤ ਨਹੀਂ ਚਾਹੁੰਦੀ ਪਰ ਤੁਹਾਨੂੰ ਇਹ ਲੱਗਦਾ ਬਾਹਰ ਇੰਨਾ ਖੁਸ਼ ਹੁੰਦੇ ਆ ਸੋਰੀ ਮੈਂ ਤੁਹਾਨੂੰ ਇੱਥੇ ਕੱਟਿਆ ਤੁਹਾਨੂੰ ਇਹ ਲੱਗਦਾ ਕਿ ਜਿਹੜਾ ਅਸੀਂ ਵੈਸਟ ਦਾ ਕਲਚਰ ਹੈਗਾ ਅਸੀਂ ਆਪਣਾ ਵਿਰਸਾ ਭੁੱਲ ਕੇ ਉਹ ਜ਼ਿਆਦਾ ਫੋਲੋ ਕਰ ਰਹੇ ਹਾਂ ਪਰ ਅਸੀਂ ਇਹ ਨਹੀਂ ਰਿਅਲਾਈਜ਼ ਕਰ ਰਹੇ ਉਹ ਉਹਨਾਂ ਦਾ ਕਲਚਰ ਹੈਗਾ ਉਹ ਸਾਡਾ ਕਲਚਰ ਨਹੀਂ ਹੈਗਾ ਹਾਂਜੀ ਇੰਡੀਆ ਵਿੱਚ ਤਾਂ ਸੇਮ ਐਸੀ ਗੱਲ ਆ ਬਿਲਕੁਲ ਹੈਗਾ ਜੇ ਤੁਸੀਂ ਬਾਹਰ ਜਾ ਕੇ ਖਾਣੇ ਪਸੰਦ ਕਰਦੇ ਆ ਤੁਸੀਂ ਘਰ ਖਾਣਾ ਨਹੀਂ ਬਣਾਉਣਾ ਚਾਹੁੰਦੇ ਦੇਖੋ ਬਾਹਰ ਖਾਣ ਚ ਕੋਈ ਪ੍ਰੋਬਲਮ ਨਹੀਂ ਹੈ ਘਰ ਦਾ ਖਾਣਾ ਅੱਛਾ ਲੱਗੂਗਾ ਨਹੀਂ ਦੇਖੋ ਬਾਹਰ ਖਾਣ ਚ ਕੋਈ ਪ੍ਰੋਬਲਮ ਨਹੀਂ ਹੈ ਇਹ ਹੈ ਬਾਹਰ ਖਾਣ ਚ ਕੋਈ ਪ੍ਰੋਬਲਮ ਨਹੀਂ ਕਦੀ ਕਦੀ ਬਾਹਰ ਖਾਣਾ ਇਜ਼ ਨਾਟ ਅ ਬੈਡ ਥਿੰਗ ਪਰ ਇਹ ਹੈਗਾ ਕਿ ਇੱਕ ਆਪਣੇ ਘਰ ਚ ਜਿਹੜਾ ਇੱਕ ਘਰ ਦਾ ਮਰਿਆਦਾ ਹੈਗੀ ਹੈ ਜਾਂ ਘਰ ਦਾ ਡਿਸਿਪਲਿਨ ਹੈਗਾ ਉਹ ਕਿਤੇ ਨਾ ਕਿਤੇ ਖਤਮ ਹੁੰਦਾ ਜਾ ਰਿਹਾ ਬਹੁਤ ਬਹੁਤ ਸ਼ੁਕਰੀਆ ਭੈਣ ਜੀ ਤੁਹਾਡੇ ਜੀ ਸਾਡੇ ਕੋਲ ਟਾਈਮ ਦੀ ਸ਼ੋਰਟੇਜ ਕਰਕੇ ਅਸੀਂ ਅਗਲੇ ਵੀ ਕਾਲਰ ਨੂੰ ਮੌਕਾ ਦੇਣਾ ਗੱਲਬਾਤ ਕਰਨੇ ਦਾ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹੈਲੋ 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 ਖਾਲਸਾ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਕੌਣ ਬੋਲਦਾ ਵੀਰ ਜੀ ਮੈਂ ਭੈਣ ਜੀ ਇਟਲੀ ਤੋਂ ਬੋਲਦਾ ਮੈਂ ਕਿੱਥੋਂ ਬੋਲ ਰਹੇ ਇਟਲੀ ਤੋਂ ਬੋਲਦਾ ਭੈਣ ਜੀ ਇਟਲੀ ਤੋਂ ਇਟਲੀ ਤੋਂ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਭੈਣ ਜੀ ਤੁਹਾਡਾ ਚੱਲ ਰਿਹਾ ਪ੍ਰੋਗਰਾਮ ਤੁਹਾਡਾ ਲਾਈਵ ਸ਼ੋ ਚ ਹਾਂਜੀ ਤੇ ਇਹਦੇ ਤੋਂ ਵਿਚਾਰ ਚੱਲਣ ਦੀ ਆ ਵੀ ਸੋਚ ਜਿਹੜੀ ਆ ਤੇਲ ਦਾ ਵੀ ਚੱਲ ਸਕਦੀ ਆ ਹਨਾ ਜੀ ਗੁਰੂ ਸਾਹਿਬ ਕਿਰਪਾ ਕਰਨ ਗੁਰ ਕੀ ਮਤ ਤੂੰ ਲੈ ਕੇ ਆਣੇ ਭਗਤ ਬਿਨਾਂ ਬਹੁਤ ਦੂਬੇ ਸਿਆਣੇ ਇਹ ਗੁਰੂ ਸਾਹਿਬ ਨਾਲ ਜੁੜ ਜਾਵਾਂਗੇ ਜਦੋਂ ਗੁਰੂ ਸਾਹਿਬ ਦੀ ਗੱਲ ਮੰਨ ਲਵਾਂਗੇ ਤਾਂ ਗੁਰੂ ਸਾਹਿਬ ਕਰਨਗੇ ਤਾਂ ਸਾਡੇ ਅੰਦਰ ਦਿਆ ਦੇਗੀ ਜਿਸ ਜੀਵ ਦੇ ਅੰਦਰ ਦਿਆ ਵਾ ਉਹਦੀ ਸੋਚ ਆਟੋਮੈਟਿਕ ਜਿਹੜੀ ਉਹ ਬਦਲ ਜਾਂਦੀ ਹੈ ਮਤਲਬ ਕਿ ਦਿਆ ਵਾ ਉੱਥੇ ਧਰਮ ਹਾਂਜੀ ਪਰ ਧਰਮ ਤਾਂ ਹੈ ਮੈਂ ਤੁਹਾਡੀ ਗੱਲ ਮੰਨਦੀ ਹਾਂ ਪਰ ਜਿਹੜੀ ਇਨਰ ਕੀ ਕਹਿੰਦੇ ਆ ਤੁਸੀਂ ਕਹਿ ਲਓ ਜੇ ਅੰਦਰੋਂ ਨਹੀਂ ਤੁਸੀਂ ਬਦਲਣਾ ਚਾਹੁੰਦੇ ਠੀਕ ਹੈ ਬਾਣੀ ਤਾਂ ਆਪਣੀ ਹੈ ਹੀ ਹੈ ਉਹ ਮੈਂ ਤੁਹਾਡੇ ਨਾਲ ਫੁੱਲੀ ਐਗਰੀ ਕਰਦੀ ਹਾਂ ਪਰ ਕਈ ਲੋਕ ਤੁਸੀਂ ਦੇਖ ਲਓ ਬਾਣੀ ਵੀ ਪੜ੍ਹਦੇ ਹੈ ਠੀਕ ਹੈ ਸਾਰਾ ਕੀ ਕਹਿੰਦੇ ਆ ਜਿੱਦਾਂ ਗੁਰੂ ਗ੍ਰੰਥ ਸਾਹਿਬ ਹੈ ਉਸਨੂੰ ਪ੍ਰੋਪਰਲੀ ਫੋਲੋ ਕਰਦੇ ਹੈ ਪਰ ਫਿਰ ਵੀ ਉਹਨਾਂ ਦੇ ਮਾਈਂਡ ਸੈਟ ਚੇਂਜ ਨਹੀਂ ਹੋਏ ਹੋਏ ਦੇਖੋ ਉਹਦੇ ਚ ਮਾਰਾ ਕਹਿੰਦੇ ਨਾ ਪੜ ਪੜ ਜਿਹੜਾ ਵਾਪੀ ਪੜੀਏ ਜਿੱਤੇ ਬਸ ਬਸ ਪੜੀਏ ਜਿੱਤੇ ਮਾਸ ਪੜੀਏ ਜਿੱਤੇ ਰਾਜਾ ਪੜੀਏ ਜਿੱਤੇ ਸਾਸ ਉਹ ਮਾਰਾ ਕਹਿੰਦੇ ਮੈਂ ਸਾਰੀ ਉਮਰ ਪੜੀਏ ਪੜਨ ਨਾਲ ਗੱਲ ਗੁਰੂ ਸੱਚੇ ਪਾਤਸ਼ਾਹ ਦੀ ਜਿਹੜੀ ਵਿਚਾਰ ਕਰਦੇ ਆ ਗਾ ਵੀ ਆ ਸੋਹਣੀਆਂ ਮਨ ਰੱਖੀਆ ਭਾਓ ਦੁੱਖ ਪਰ ਹਰ ਸੁੱਖ ਕਰ ਲੈ ਫਿਰ ਜਿਹੜਾ ਵਾ ਸਾਡੇ ਅੰਦਰ ਜਿਹੜਾ ਦੁੱਖ ਕਲੇਸ਼ ਤੇ ਦੂਰ ਹੋਣਾ ਨਹੀਂ ਉਹ ਮੈਂ ਤੁਹਾਡੀ ਗੱਲ ਤੁਸੀਂ ਕਾਫੀ ਲਰਨਰਡ ਲੱਗ ਰਹੇ ਹੋ ਤੁਹਾਨੂੰ ਬਾਣੀ ਦਾ ਕਾਫੀ ਨੌਲੇਜ ਹੈਗੀ ਹੈ ਠੀਕ ਹੈ ਪਰ ਕੀ ਕਹਿੰਦੇ ਆ ਤੁਸੀਂ ਬਾਣੀ ਨੂੰ ਫੋਲੋ ਕਰ ਰਹੇ ਹੋ ਪਰ ਕਿੰਨੇ ਪੋਪੂਲੇਸ਼ਨ ਆਪਣੀ ਏਦਾਂ ਦੀ ਵੀ ਹੈ ਜਿਹੜੀ ਬਾਣੀ ਨੂੰ ਪੜ੍ਹਦੀ ਤਾਂ ਹੈ ਪਰ ਫੋਲੋ ਨਹੀਂ ਕਰਦੇ ਹਾਂਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ ਕਿਉਂਕਿ ਸਾਡੇ ਕੋਲ ਟਾਈਮ ਦੀ ਸ਼ੋਰਟੇਜ ਕਰਕੇ ਹੈ ਨਾ ਤੁਹਾਨੂੰ ਵੀਰ ਜੀ ਨੇ ਬਹੁਤ ਸੋਹਣੇ ਆਪਣੇ ਵਿਚਾਰ ਦੱਸੇ ਆ ਕਿ ਅਗਰ ਤੁਸੀਂ ਬਾਣੀ ਦੇ ਨਾਲ ਜੁੜੋ ਕਿਉਂਕਿ ਉਹਦੇ ਵਿੱਚ ਸਹਿਨਸ਼ੀਲਤਾ ਤੇ ਨਿਮਰਤਾ ਆ ਜਾਂਦੀ ਆ ਉਹਨਾਂ ਦਾ ਮਤਲਬ ਕਹਿੰਦਾ ਹਾਂਜੀ ਅਸੀਂ ਦੇਖਦੇ ਹਾਂ ਕਿ ਅਗਲੇ ਕਾਲਰ ਕੌਣ ਆ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੌਣ ਬੋਲ ਰਹੇ ਤੇ ਕਿੱਥੋਂ ਬੋਲ ਰਹੇ ਮੈਂ ਗੱਜਣ ਸਿੰਘ ਬੋਲ ਰਿਹਾ ਜੀ ਇਟਲੀ ਤੋਂ ਹਾਂਜੀ ਅੱਛਾ ਜੀ ਹਾਂਜੀ ਤੇ ਤੁਹਾਡਾ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਮੈਂ ਸੁਣ ਰਿਹਾ ਸੀ ਹਾਂਜੀ ਜਿਹੜਾ ਤੁਸੀਂ ਇੱਕ ਸਰ ਹੁਣੀ ਆਏ ਸੀ ਉਹਨੇ ਕਿਹਾ ਵੀ ਜਿਹੜੇ ਪੜ੍ਹੇ ਲਿਖੇ ਆ ਉਹ ਨੀ ਮੈਨੇਜ ਕਰ ਸਕਦੇ ਹੈ ਨਾ ਹਾਂਜੀ ਉਹ ਸੋਚੀ ਜਾਂਦੇ ਆ ਜੀ ਇਹ ਦਰਅਸਲ ਅਸੀਂ ਆਪਣੇ ਪਿਛੋਕੜ ਨੂੰ ਭੁੱਲ ਚੁੱਕੇ ਹਾਂ ਜੀ ਸਾਡੇ ਧਰਮ ਦਾ ਨਾਮ ਸਿੱਖ ਧਰਮ ਇਸੇ ਕਰਕੇ ਰੱਖਿਆ ਗਿਆ ਕਿ ਤੁਸੀਂ ਦੁਨੀਆਂ ਦੇ ਉੱਤੋਂ ਕੋਈ ਵੀ ਕੰਮ ਨੂੰ ਮੁਕਾ ਨਹੀਂ ਸਕਦੇ ਕਿ ਮੈਂ ਸਿੱਖ ਲਿਆ ਹਾਂਜੀ ਸਾਨੂੰ ਸਿੱਖਦੇ ਰਹਿਣਾ ਚਾਹੀਦਾ ਸਾਡੇ ਜਦੋਂ ਇੱਕ ਲੜਕੀ ਆ ਉਹ ਆਪਣੇ ਮਾਂ ਬਾਪ ਦੇ ਪਰਿਵਾਰ ਚ ਰਹਿੰਦੀ ਆ ਉੱਥੇ ਰਹਿਣ ਵਾਲੇ ਲੋਕਾਂ ਦੀ ਆਦਤ ਕੁਛ ਹੋਰ ਹੁੰਦੀ ਹੈ ਜਦੋਂ ਸਹੁਰੇ ਘਰ ਚ ਚੱਲ ਜਾਂਦੀ ਉੱਥੇ ਰਹਿਣ ਵਾਲੇ ਲੋਕਾਂ ਦੀ ਆਦਤ ਕੁਛ ਹੋਰ ਹੁੰਦੀ ਆ ਕੁਛ ਉਹਨਾਂ ਨੂੰ ਚੇਂਜ ਕਰਨਾ ਹੁੰਦਾ ਕੁਛ ਆਪ ਚੇਂਜ ਹੋਣਾ ਹੁੰਦਾ
ਜਦੋਂ ਮੈਰਿਜ ਹੋ ਜਾਂਦੀ ਆ ਤੇ ਫਿਰ ਉਹ ਇੱਕ ਪਰਿਵਾਰ ਬਣ ਜਾਂਦਾ, ਉੱਥੇ ਫਿਰ ਇਹ ਗੱਲਾਂ ਪਿੱਛੇ ਰਹਿ ਜਾਂਦੀਆਂ ਕਿ ਕੌਣ ਕਿੰਨਾ ਪੜਿਆ, ਹਾਂਜੀ ਕੌਣ ਘੱਟ ਪੜਿਆ, ਕੌਣ ਵੱਧ ਪੜਿਆ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੇ ਇੱਕ ਹੋਰ ਕਾਲਰ ਹੈਗੇ ਉਹਨਾਂ ਨੂੰ ਵੀ ਟਾਈਮ ਦੇਣਾ ਜੀ, ਬਹੁਤ ਬਹੁਤ ਸ਼ੁਕਰੀਆ ਵੀਰ ਜੀ ਤੁਹਾਡਾ ਕਾਲ ਕਰਨੇ ਦਾ, ਟੀਨਾ ਜੀ ਕਿਉਂਕਿ ਟਾਈਮ ਦੀ ਸ਼ਾਰਟ ਕਰਕੇ ਸਾਰੇ ਚਾਹੁੰਦੇ ਆਪਣੇ ਥੋੜੇ ਵਿਊ ਦੇਣ, ਤੇ ਦੇਖਦੇ ਆ ਨੈਕਸਟ ਕਾਲਰ ਕੌਣ ਆ ਸਾਡੇ। ਹੈਲੋ ਜੀ, ਥੋੜਾ ਜਿਹਾ ਮਤਲਬ ਸੰਖੇਪ ਦੇ ਵਿਚ ਜੀ ਆਪਣੇ ਵਿਚਾਰ ਦਿਓ। ਜਿਹੜਾ ਸਭ ਤੋਂ ਪਹਿਲੇ ਕੁਐਸਚਨ ਕਿਸੇ ਨੇ ਕੀਤਾ ਸੀ ਪੜ੍ਹਿਆ ਲਿਖਿਆ ਵਾਲੀ ਗੱਲ ਦਾ, ਹਾਂਜੀ ਹਾਂਜੀ, ਪੜ੍ਹਿਆ ਲਿਖਿਆ ਤੇ ਅਨਪੜ੍ਹਾਂ ਵਾਲੀ ਗੱਲ ਦਾ ਕੋਈ ਮੈਟਰ ਨਹੀਂ ਹੈ। ਜਦੋਂ ਮੁੰਡਾ ਜਿਹੜਾ ਹੈ ਉਹਦਾ ਜਦੋਂ ਵਿਆਹ ਹੋ ਜਾਂਦਾ ਹੈ, ਉਹਦੀ ਵਾਈਫ ਆ ਜਾਂਦੀ ਹੈ, ਚਾਹੇ ਉਹ ਪੜ੍ਹੀ ਲਿਖੀ ਹੈ ਚਾਹੇ ਉਹ ਨਹੀਂ ਪੜ੍ਹੀ ਲਿਖੀ, ਨਾ ਜੀ ਹਾਂਜੀ, ਉਹ ਜਿਹੜਾ ਮੁੰਡਾ ਹੁੰਦਾ ਪਹਿਲਾਂ ਉਹ ਆਪਣੇ ਪੇਰੈਂਟਸ ਤੇ ਆਪਣੇ ਭੈਣ ਭਰਾਵਾਂ ਦੇ ਹਿਸਾਬ ਨਾਲ ਚੱਲ ਰਿਹਾ ਹੁੰਦਾ ਹੈ ਨਾ ਜੀ, ਫਿਰ ਜਦੋਂ ਉਹਦੀ ਵਾਈਫ ਆਉਂਦੀ ਹੈ ਉਹਦੇ ਬੱਚੇ ਹੁੰਦੇ ਆ, ਫਿਰ ਉਹਨੂੰ ਆਪਣੇ ਘਰ ਦੀ ਵੀ ਥੋੜੀ ਜਿਹੀ ਧਿਆਨ ਦੇਣਾ ਪੈਂਦਾ, ਆਪਣੇ ਘਰ ਵੱਲ ਵੀ, ਹਾਂਜੀ ਫਿਰ ਉਹ ਪੇਰੈਂਟਸ ਨੂੰ ਤੇ ਉਹ ਭੈਣ ਭਰਾਵਾਂ ਨੂੰ ਐਵੇਂ ਲੱਗਦਾ ਵੀ ਹੁਣ ਸਾਡਾ ਜਿਹੜਾ ਉਹ ਚੱਕਰ ਖਤਮ ਹੋ ਗਿਆ ਤੇ ਹੁਣ ਉਹ ਆਪਣੇ ਵੱਲ ਹੀ ਲੱਗ ਗਿਆ ਨਾ, ਉਹ ਕਿੱਥੇ ਦਾ ਕਿੱਥੇ ਜਿਹੜਾ ਲੈਟ ਗੋ ਨਹੀਂ ਕਰਦੇ ਕੀ ਕਹਿੰਦੇ ਆ, ਹਾਂਜੀ ਹਾਂਜੀ, ਇਸ ਕਰਕੇ ਉੱਥੇ ਪ੍ਰੋਬਲਮ ਆਉਂਦੀ ਆਉਂਦੀ ਹੈ, ਇਹ ਸਾਡਾ ਸਿਸਟਮ ਹੀ ਐਵੇਂ ਦਾ ਹੈ ਕਿ ਇੱਥੇ ਪ੍ਰੋਬਲਮ ਆਉਣੀ ਆਉਣੀ ਹੈ ਭਾਵੇਂ ਜੋ ਮਰਜ਼ੀ, ਉੱਥੇ ਉਹੀ ਗੱਲ ਆ ਜਾਂਦੀ ਹੈ ਕਿ ਸਾਨੂੰ ਆਪਣੀ ਸੋਚ ਚੇਂਜ ਕਰਨੀ ਪੈਣੀ ਹੈ ਇਨ ਲਾਜ਼ ਨੂੰ ਵੀ ਤੇ ਸਾਰਿਆਂ ਨੂੰ ਹੀ। ਬਿਲਕੁਲ ਬਿਲਕੁਲ, ਬਹੁਤ ਬਹੁਤ ਥੈਂਕ ਯੂ ਸੋ ਮਚ, ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਸੋਹਣੇ ਵਿਚਾਰ ਤੁਸੀਂ ਆਪਣੇ ਦੱਸੇ ਕਿ ਉਹਨਾਂ ਨੂੰ ਸੋਚ ਸਾਨੂੰ ਚੇਂਜ ਕਰਨੀ ਪੈਣੀ, ਅਸੀਂ ਦੇਖਦੇ ਕਿ ਸਾਡੇ ਅਗਲੇ ਕਾਲਰ ਉਹਨਾਂ ਦੀ ਸੋਚ ਕੀ ਹੈ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ, ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਗੀਤਾ ਬੋਲ ਰਹੀ ਹਾਂ ਡਡਲੀ ਤੋਂ। ਹਾਂਜੀ ਹਾਂਜੀ, ਇਹ ਜਿਹੜਾ ਤੁਸੀਂ ਪ੍ਰੋਗਰਾਮ ਰੱਖਿਆ ਬਹੁਤ ਹੀ ਅੱਛਾ ਹੈ, ਥੈਂਕ ਯੂ। ਅੱਜ ਕੱਲ ਇਸ ਲਈ ਸੋਚ ਬਹੁਤ ਵੱਧ ਰਹੀ ਹੈ, ਹਾਂਜੀ, ਕਿਉਂਕਿ ਇੱਕ ਪਾਸੇ ਆਪਾਂ ਚਾਹੁੰਦੇ ਹਾਂ ਕਿ ਆਪਣੀਆਂ ਲੜਕੀਆਂ ਨੂੰ ਇੰਪਾਵਰਮੈਂਟ ਕਰੀਏ, ਐਜੂਕੇਸ਼ਨ ਦਈਏ, ਦੂਸਰੇ ਪਾਸੇ ਸਾਡੀ ਇਹ ਲੋੜ ਬਹੁਤ ਜ਼ਰੂਰੀ ਆ ਕਿ ਅਸੀਂ ਆਪਣੇ ਮੁੰਡਿਆਂ ਨੂੰ ਵੀ ਇਹ ਦੱਸੀਏ। ਹਾਂਜੀ ਐਬਸੋਲੂਟਲੀ, ਹਾਂਜੀ, ਕਿ ਜਿਹੜਾ ਇਕੁਆਲਿਟੀ ਦਾ ਇਸ਼ੂ ਹੈ ਨਾ ਉਹ ਘਰ ਤੋਂ ਹੀ ਸ਼ੁਰੂ ਹੁੰਦਾ। ਬਿਲਕੁਲ, ਜੇਕਰ ਅਸੀਂ ਆਪਣੀਆਂ ਲੜਕੀਆਂ ਦੀ ਰਿਸਪੈਕਟ ਚਾਹੁੰਦੇ ਹਾਂ, ਵਿਆਹੀਆਂ ਹੋਈਆਂ ਨੂੰ ਅੱਛੀ ਜ਼ਿੰਦਗੀ ਬਿਤਾਉਣ ਦੀ ਸਿੱਖਿਆ ਦਿੰਦੇ ਹਾਂ ਜੀ, ਤਾਂ ਨਾਲ ਦੀ ਨਾਲ ਸਾਨੂੰ ਸਾਡੇ ਲੜਕਿਆਂ ਨੂੰ ਵੀ ਦੇਣੀ ਚਾਹੀਦੀ ਹੈ। ਗੀਤਾ ਜੀ, ਤੁਹਾਨੂੰ ਇਹ ਲੱਗਦਾ ਕਿ ਕਿੱਥੇ ਨਾ ਕਿੱਥੇ ਜਿਹੜਾ ਇੱਕ ਲੜਕਾ ਹੈ ਉਹ ਆਪਣੀ ਵਾਈਫ ਨੂੰ ਉਦਾਂ ਟ੍ਰੀਟ ਕਰਦਾ ਹੈ ਜਿੱਦਾਂ ਉਹ ਆਪਣੇ ਫਾਦਰ ਨੂੰ ਦੇਖਦਾ ਕਿ ਉਸਨੇ ਆਪਣੀ ਮਦਰ ਨੂੰ ਟ੍ਰੀਟ ਹੁੰਦੇ ਦੇਖਿਆ ਹੁੰਦਾ, ਉਹਦਾ ਕਿਸੇ ਹੱਦ ਤਾਂ ਇਹ ਹੈ ਵੀ ਹੈ, ਕਿਉਂਕਿ ਜਿਹੜਾ ਤੁਹਾਡੀ ਸੋਸ਼ਲ ਕੰਡੀਸ਼ਨਿੰਗ ਹੈ ਨਾ, ਹਾਂਜੀ, ਉਹ ਤੁਹਾਡੇ ਘਰ ਦੇ ਮਾਹੌਲ ਤੇ ਬਹੁਤ ਕਈ ਵਾਰ ਇਸ ਤਰ੍ਹਾਂ ਹੁੰਦਾ ਨਾ, ਲੜਕਿਆਂ ਨੂੰ ਕੰਮ ਨੀ ਕਰਨ ਦਿੰਦੇ ਆ ਮਦਰਸ ਤੇ, ਜਦੋਂ ਫਿਰ ਉਹਨਾਂ ਦੀ ਵਾਈਫ ਆਉਂਦੀ ਆ ਉਹ ਫਿਰ ਵੀ ਨੀ ਕੰਮ ਕਰਦੇ ਤਾਂ ਉਹਨਾਂ ਚ ਡਿਫਰੈਂਸਿਸ ਪੈਦਾ ਹੋ ਜਾਂਦੇ ਆ। ਹਾਂਜੀ, ਅਸੀਂ ਐਕਸਟੈਂਡਡ ਫੈਮਿਲੀ ਚ ਰਹਿੰਦੇ ਸੀ, ਮੇਰੇ ਫਾਦਰ ਇਨ ਲਾ ਮਦਰ ਇਨ ਲਾ ਸਾਡੇ ਨਾਲ ਸੀ ਜੀ, ਤੇ ਜਦੋਂ ਵੀ ਕਦੇ ਮੈਂ ਆਪਣੇ ਬੇਟੇ ਨੂੰ ਕਹਿਣਾ ਨਾ ਕਿ ਇਹ ਕੰਮ ਕਰ, ਤੇ ਮੇਰੀ ਮਦਰ ਇਨ ਲਾ ਨੇ ਕਹਿਣਾ ਮੁੰਡੇ ਕੰਮ ਨੀ ਕਰਦੇ ਕਰਦਾ। ਹਾਂਜੀ, ਹਮੇਸ਼ਾ ਉਹਨਾਂ ਨੂੰ ਕਹਿਣਾ ਕਿ ਮਾਮਾ ਜੀ ਜੇਕਰ ਕੋਈ ਕੱਲ ਨੂੰ ਕੋਈ ਐਸੀ ਲੜਕੀ ਇਹਨੂੰ ਮਿਲ ਗਈ ਜਿਹੜੀ ਇਹਦੇ ਤੋਂ ਪੜ੍ਹੀ ਲਿਖੀ ਜ਼ਿਆਦਾ ਹੋਏਗੀ, ਹਾਂਜੀ, ਔਰ ਦੋਨੇ ਬਾਹਰ ਕੰਮ ਕਰਕੇ ਆਉਣਗੇ ਇਕੱਠੇ, ਤੇ ਫਿਰ ਆ ਕੇ ਘਰ ਦਾ ਕੰਮ ਇਕੱਲੀ ਲੜਕੀ ਕਰੇਗੀ ਉਹ ਅੱਛਾ ਨਹੀਂ ਲੱਗਦਾ। ਪਰ ਤੁਸੀਂ ਦੇਖੋ ਨਾ ਉਹ ਤੁਸੀਂ ਕਿੱਦਾਂ ਬੈਲੈਂਸ ਕੀਤਾ, ਇੱਕ ਤਾਂ ਤੁਸੀਂ ਆਪਣੇ ਬੱਚੇ ਨੂੰ ਪ੍ਰਿਪੇਅਰ ਕੀਤਾ ਫਿਊਚਰ ਲਈ, ਕਿਥੇ ਨਾ ਕਿਥੇ ਤੁਸੀਂ ਆਪਣੇ ਮਦਰ ਇਨ ਲਾ ਨੂੰ ਵੀ ਜਿਹੜੀ ਚੇਂਜ ਆ ਰਹੀ ਸੀ ਉਹਦੇ ਲਈ ਪ੍ਰਿਪੇਅਰ ਕੀਤਾ। ਬਿਲਕੁਲ, ਉਹ ਤੁਹਾਡਾ ਰੋਲ ਕਾਫੀ ਜਿਹੜਾ ਸੀਗਾ ਇੱਕ ਤਰ੍ਹਾਂ ਨਾਲ ਹੈਲਥੀ ਰਿਹਾ ਆਪਣੇ ਘਰ ਦੇ ਅੰਦਰ, ਹੈ ਨਾ। ਤੁਹਾਨੂੰ ਇਹ ਵੀ ਲੱਗਦਾ ਕਿ ਇੱਕ ਜਿਹੜਾ ਘਰ ਚ ਅਸੀਂ ਕਹਿੰਦੇ ਤਾਂ ਹਾਂ ਸੋਚ ਬਦਲਣੀ ਚਾਹੀਦੀ ਹੈ, ਪਰ ਘਰ ਦੇ ਜਿਹੜੇ ਫੈਮਿਲੀ ਮੈਂਬਰਸ ਹੈ ਉਹਨਾਂ ਨੂੰ ਇਨੀਸ਼ੀਏਟਿਵ ਲੈਣਾ ਚਾਹੀਦਾ ਹੈ ਸੋਚ ਬਦਲਣ ਦੇ ਅੰਦਰ। ਬਿਲਕੁਲ ਬਿਲਕੁਲ, ਕਿਉਂਕਿ ਇੱਕ ਗੱਲ ਘਰੋਂ ਹੀ ਸ਼ੁਰੂ ਹੁੰਦੀ ਹੈ। ਹਾਂਜੀ, ਜਦੋਂ ਕਦੇ ਮੇਰੇ ਹਸਬੈਂਡ ਨੇ ਭਾਂਡੇ ਧੋਣੇ ਨਾ, ਉਦੋਂ ਸਾਡੇ ਕੋਲ ਡਿਸ਼ ਵਾਸ਼ਰ ਨਹੀਂ ਸੀਗੇ, ਤੇ ਮੇਰੀ ਮਦਰ ਇਨ ਲਾ ਨੇ ਕਹਿਣਾ ਕਿ ਜੇ ਘਰ ਚ ਆਦਮੀ ਭਾਂਡੇ ਧੋਣ ਬਰਕਤ ਨਹੀਂ ਪੈਂਦੀ, ਤੇ ਇਸ ਕਰਕੇ ਮੈਨੂੰ ਕਈ ਵਾਰੀ ਬੜਾ ਹੀ ਮਜਬੂਰ ਉਹਨਾਂ ਨੇ ਕਰ ਦੇਣਾ, ਮੇਰੇ ਹਸਬੈਂਡ ਨੂੰ ਕਹਿਣਾ ਦੇਖੋ ਜਦੋਂ ਮਾਮਾ ਜੀ ਕੋਲ ਹੁੰਦੇ ਨਾ ਪਲੀਜ਼ ਤੁਸੀਂ ਭਾਂਡੇ ਨਾ ਧੋਇਆ ਕਰੋ। ਪਰ ਉਹ ਸੁਪਰਸਟੀਸ਼ਨ ਜੀ ਪਾ ਦੇਣੀ ਦਿਮਾਗ 'ਚ, ਨਹੀਂ ਮਤਲਬ ਉਹਨਾਂ ਦੀ ਸੋਸ਼ਲ ਕੰਡੀਸ਼ਨਿੰਗ ਸੀਗੀ ਉਹ ਇਹੀ ਸੀ, ਉਹਨਾਂ ਨੇ ਸਿਰਫ ਘਰ ਦਾ ਕੰਮ ਹੀ ਸਾਂਭਣਾ।
ਤੇ ਮੇਰੇ ਫਾਦਰ ਇਨ ਲਾਅ ਨੇ ਜਦੋਂ ਆਉਣਾ ਉਹਨਾਂ ਦੇ ਟੇਬਲ ਤੇ ਰੋਟੀ ਪਈ ਹੋਣੀ, ਸਭ ਕੁਛ ਉਹਨਾਂ ਦਾ ਐਨ ਤਿਆਰ ਹੋਣਾ, ਸਵੇਰੇ ਉੱਠ ਕੇ ਉਹਨਾਂ ਨੇ ਜਾਣਾ, ਸਾਰੇ ਕੱਪੜੇ ਤਿਆਰ ਹੋਣੇ ਉਹਨਾਂ ਦੇ ਜੀ, ਤੇ ਉਹ ਸਾਡਾ ਉਹ ਗੈਪ ਜਿਹੜਾ ਸੀ ਨਾ, ਬੜੀ ਹੌਲੀ 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 ਮੈਂ ਆਪਣੇ ਮਦਰ ਇਨ ਲਾਅ ਦੇ ਨਾਲ ਪੇਸ਼ੈਂਸ ਦੇ ਨਾਲ ਉਹਨਾਂ ਨੂੰ ਕਿਹਾ ਕਿ ਇੱਥੇ ਆਪਣੇ ਨੌਕਰ ਨਹੀਂ ਹੈ, ਇੱਥੇ ਸਾਰਾ ਕੁਛ ਆਪਾਂ ਨੂੰ ਆਪ ਕਰਨਾ ਪੈਂਦਾ, ਸੋਚ ਇਕਦਮ ਬਦਲ ਜੇਗੀ ਉਹ ਨੀ ਬਦਲਣੀ, ਉਹਨੂੰ ਟਾਈਮ ਲੱਗਣਾ ਹੈ, ਪੇਸ਼ੈਂਸ ਚਾਹੀਦੀ ਹੈ ਉਹਦੇ ਲਈ, ਜਿਹੜੀ ਸਾਡੇ ਕੋਲ ਹੈ ਨੀ ਅੱਜ ਕੱਲ ਹਾਂਜੀ, ਬਹੁਤ ਥੈਂਕ ਯੂ ਸੋ ਮਚ, ਸ਼ੁਕਰੀਆ, ਤੁਸੀਂ ਬਹੁਤ ਵਧੀਆ ਪੁਆਇੰਟ ਤੇ ਨਵਾਂ ਜਿਹੜਾ ਸਾਨੂੰ ਦੱਸਿਆ ਸਾਡੇ ਦਰਸ਼ਕਾਂ ਨੂੰ ਵੀ, ਟੀਨਾ ਜੀ ਗੀਤਾ ਜੀ ਨੇ ਜੋ ਕਿਹਾ, ਕਿਉਂਕਿ ਮਦਰ ਇਨ ਲੋ ਨੇ ਥੋੜ੍ਹਾ ਜਿਹਾ ਟਰਾਈ ਸ਼ਾਇਦ ਕੀਤੀ ਹੋਗੀ ਕਿ ਕਿਸ ਤਰੀਕੇ ਦੇ ਨਾਲ ਮੈਂ ਆਪਣੀ ਡੋਟਰ ਇਨ ਲੋ ਨੂੰ, ਇਹ ਵੀ ਨਾ ਲੱਗੇ ਕਿ ਮੈਂ ਕਹਿ ਰਹੀ ਕਿ ਤੂੰ ਭਾਂਡੇ ਧੋ ਮੇਰਾ ਲੜਕਾ ਨਾ ਧੋਵੇ, ਅਤੇ ਉਹਨੇ ਥੋੜ੍ਹਾ ਜਿਹਾ ਕਿ ਬਰਕਤ ਨਹੀਂ ਹੁੰਦੀ ਉਹ ਵਿੱਚ, ਥੋੜ੍ਹਾ ਜਿਹਾ ਉਹਨਾਂ ਨੇ ਪੁਆਇੰਟ ਇਹ ਰੱਖ ਲਿਆ, ਹੋ ਸਕਦਾ ਲੜਾਈ ਵੀ ਨਾ ਇਸ ਤਰੀਕੇ ਨਾਲ ਘਰ 'ਚ ਉਹਨਾਂ ਨੇ ਉਹ ਵੀ ਅਵੋਇਡ ਕਰ ਲਈ ਇਹਨਾਂ ਦੇ। ਇੱਕ ਚੀਜ਼ ਬੜੀ ਅੱਛੀ ਲੱਗੀ ਜਿੱਦਾਂ ਇਹਨਾਂ ਨੇ ਕਿਹਾ ਕਿ ਮੈਂ ਆਪਣੇ ਮਦਰ, ਉਹ ਇੱਕ ਕਹਿਣ ਦਾ ਢੰਗ ਬਹੁਤ, ਜਿੱਦਾਂ ਅਸੀਂ ਕੀ ਕਹਿੰਦੇ ਪ੍ਰੋਬਲਮਸ ਤਾਂ ਹਰ ਘਰ 'ਚ ਹੈਗੀਆਂ ਜੀ, ਪਰ ਅਸੀਂ ਉਹਨੂੰ ਕਿੱਦਾਂ ਐਡਰੈਸ ਕਰਦੇ ਹਾਂ, ਕਿੱਦਾਂ ਅਸੀਂ ਉਹਨੂੰ ਟੈਕਲ ਕਰਦੇ ਹਾਂ, ਉਹਨਾਂ ਦੀ ਸੋਚ ਆਪਣੀ ਆਪਣੀ ਦੇ ਨਾਲ, ਕਿੱਦਾਂ ਇਹ ਹੈਗਾ ਕਿ ਇੱਕ ਇੱਜ਼ਤ ਵੀ ਰਿਸ਼ਤਿਆਂ ਦੀ ਬਹੁਤ ਜ਼ਰੂਰੀ ਹੈ, ਹਾਂਜੀ ਹੈ ਨਾ, ਬੇਸ਼ੱਕ ਇੱਕ ਬੱਚਾ ਹੈ ਜਾਂ ਇੱਕ ਬਜ਼ੁਰਗ ਹੈ, ਹਰ ਇੱਕ ਦੀ ਆਪਣੀ ਇੱਜ਼ਤ ਹੈ ਜੀ। ਦੇਖਦੇ ਹਾਂ ਟੀਨਾ ਜੀ ਅਗਲੇ ਕਾਲਰ ਕੀ ਕਹਿੰਦੇ। ਹੈਲੋ ਜੀ, ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ ਵੀਰ ਜੀ, ਕਿੱਥੋਂ ਬੋਲ ਰਿਹਾ? ਸਟਰਲਿੰਗ ਤੋਂ ਬੋਲਦਾ ਜੀ। ਹਾਂਜੀ, ਕੀ ਕਹਿਣਾ? ਤੁਹਾਡਾ ਬੋਲਣਾ ਬਹੁਤ ਸੋਹਣਾ ਚੱਲਦਾ ਜੀ। ਥੈਂਕ ਯੂ। ਹਾਂਜੀ ਜੀ, ਸਾਡੇ ਕੋਲ ਇੱਕ ਇੱਕ ਮਿੰਟ ਆ ਜੀ ਤੁਹਾਡੇ ਕੋਲ, ਤਾਂ ਦੱਸੋ ਜਲਦੀ ਕੀ ਕਹਿਣਾ। ਹਾਂਜੀ, ਸਵਾਲ ਸੀਗਾ ਕਿ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਚੱਲਦਾ, ਮੈਂ ਹਮੇਸ਼ਾ ਦੇਖਦਾ ਹੁੰਦਾ ਜੀ। ਥੈਂਕ ਯੂ ਸੋ ਮਚ। ਇਹੀ ਕਹਿਣਾ ਸੀ। ਹਾਂਜੀ, ਮੇਰਾ ਕਹਿਣਾ ਭਾਵੇਂ ਜੇ ਅਕਾਲ ਚੈਨਲ ਹੋ, ਜੇ ਤੁਸੀਂ ਸਿਰ ਤੇ ਚੁੰਨੀਆਂ ਲਵੋ ਤਾਂ ਬਹੁਤ ਸੋਹਣੀਆਂ ਲੱਗਣਾ ਜੀ। ਅੱਛਾ, ਤੁਸੀਂ ਇਹ ਕਹਿਣਾ ਸੀਗਾ, ਅਸੀਂ ਕਿਹਾ ਥੋੜਾ ਜਿਹਾ ਅਸੀਂ ਵੀ ਹੁਣ ਸੋਚ ਆਪਣੀ ਬਦਲੀਏ ਨਾ, ਥੋੜੀ ਜਿਹੀ ਥੋੜਾ ਜਿਹਾ, ਦੇਖੋ ਮੈਂ ਤਾਂ ਲੈ ਕੇ ਬੈਠੀ ਆ, ਤੇ ਅਸੀਂ ਕਹਿੰਦੇ ਆ ਥੋੜੀ ਜਿਹੀ ਸੋਚ, ਜਿੱਦਾਂ ਕਿੱਦਾਂ ਭੈਣ ਜੀ ਨੇ ਕਿਹਾ, ਗੀਤਾ ਹੁਣਾਂ ਨੇ ਆਪਣੀ ਸੋਚ ਥੋੜਾ ਜਿਹਾ ਜਿਹੜਾ ਕਿ ਟਾਈਮ ਦੇ ਮੁਤਾਬਕ ਬਦਲਣੀ ਚਾਹੀਦੀ ਆ, ਤੇ ਬਹੁਤ ਸ਼ੁਕਰੀਆ ਤੁਹਾਡਾ ਸੁਜੈਸ਼ਨ ਲਈ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ। ਟੀਨਾ ਜੀ, ਆਪਣੀ ਆਪਣੀ ਸੋਚ, ਆਪਣੇ ਆਪਣੇ ਵਿਚਾਰ ਸਾਰਿਆਂ ਨੇ ਦੱਸੇ ਆ, ਤੇ ਤੁਸੀਂ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਉੱਤੇ ਆਪਣੇ ਆਪਣੇ ਸਾਰਿਆਂ ਨੇ ਸਾਨੂੰ ਕਾਫੀ ਸਿੱਖਣ ਦਾ ਮੌਕਾ ਮਿਲਿਆ ਔਰ ਇਹ ਹੈ ਕਿ ਦੂਸਰੇ ਦੇ ਥਰੂ ਲਰਨ ਕੀਤਾ ਜੀ। ਠੀਕ ਹੈ, ਇਹੀ ਸਾਡੇ ਇਸ ਪ੍ਰੋਗਰਾਮ ਦਾ ਉਹ ਹੈਗਾ ਹੋਲ ਆਈਡੀਆ ਕਿ ਆਪਣੀ ਸੋਚ ਸਾਡੇ ਲਈ ਨਾਲ ਸ਼ੇਅਰ ਕਰੋ, ਆਪਣੇ ਐਕਸਪੀਰੀਅੰਸਿਸ ਸਾਡੇ ਨਾਲ ਸ਼ੇਅਰ ਕਰੋ। ਹਾਂਜੀ, ਔਰ ਅਸੀਂ ਕੀ ਕਹਿੰਦੇ ਆ ਜਿਹੜੇ ਅੱਜ ਕੱਲ੍ਹ ਪ੍ਰੋਬਲਮਸ ਆ ਰਹੇ ਨੇ ਉਹਨਾਂ ਨੂੰ ਐਜ਼ ਅ ਕਮਿਊਨਿਟੀ ਜੀ ਅਸੀਂ ਇਕੱਠੇ ਹੋ ਕੇ ਟੈਕਲ ਕਰ ਸਕੀਏ। ਹਾਂਜੀ, ਕਿਉਂਕਿ ਜਿਹੜਾ ਆ ਜਿਹੜਾ ਸਾਡਾ ਪ੍ਰੋਗਰਾਮ ਹੈਗਾ ਕਿ ਇਹ ਜਿਹੜਾ ਸਾਡਾ ਜਨਰਲ ਪ੍ਰੋਗਰਾਮ ਆ, ਸਾਡੇ ਵਿਰਸੇ ਨਾਲ ਜੁੜਿਆ ਕਿ ਧਾਰਮਿਕ ਪ੍ਰੋਗਰਾਮ ਨਹੀਂ ਹੈਗਾ, ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਹਰ ਤਰ੍ਹਾਂ ਦੇ ਜਿਹੜੇ ਯੰਗ ਜਨਰੇਸ਼ਨ ਵੀ ਜਿਹੜੇ ਅੰਮ੍ਰਿਤਧਾਰੀ ਨਹੀਂ ਹੈਗੇ ਉਹ ਵੀ ਦੇਖ ਰਹੇ ਆ, ਜਿਹੜੇ ਹਿੰਦੂ ਵੀ ਦੇਖ ਰਹੇ ਆ, ਸਿੱਖ ਵੀ ਦੇਖ ਰਹੇ ਆ, ਉਹਨਾਂ ਕਰਕੇ ਅਸੀਂ ਇਸ ਤਰ੍ਹਾਂ ਦਾ ਪ੍ਰੋਗਰਾਮ ਥੋੜ੍ਹਾ ਜਿਹਾ ਅੱਗੇ ਇਸ ਨੂੰ ਵਧਾਇਆ ਆਪਣਾ, ਥੋੜ੍ਹਾ ਜਿਹਾ ਜੋ ਵੀ ਜਿਹਨੇ ਸਾਨੂੰ ਕਿਹਾ ਉਹਨਾਂ ਦੇ ਵਿਚਾਰ ਸਾਡੇ ਸਿਰ ਮੱਥੇ 'ਤੇ, ਲੇਕਿਨ ਜੋ ਜਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਉਸ ਮੁਤਾਬਕ ਅਸੀਂ ਡਰੈਸ ਅਪ ਕਰਦੇ ਹਾਂ, ਅਤੇ ਅਸੀਂ ਜਿਹੜੇ ਅਗਲੇ ਪ੍ਰੋਗਰਾਮਾਂ ਵਿੱਚ ਵੀ ਤੁਹਾਡੇ ਵਿਚਾਰ ਅਸੀਂ ਜਾਣਾਂਗੇ, ਅਤੇ ਅੱਜ ਜਿਨ੍ਹਾਂ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦਿੱਤਾ ਅਤੇ ਉਹਨਾਂ ਦਾ ਵੀ ਅਸੀਂ ਸ਼ੁਕਰੀਆ ਕਰਾਂਗੇ। ਅਤੇ ਟੀਨਾ ਜੀ, ਜਿਹੜੇ ਅੱਜ ਦੇ ਕਿੰਨੇ ਸਾਨੂੰ ਅੱਛੇ ਅੱਛੀਆਂ ਗੱਲਾਂ ਸਿੱਖਣ ਨੂੰ ਮਿਲੀਆਂ ਆ, ਕਿਉਂਕਿ ਕਈ ਵਾਰੀ ਆਪਾਂ ਸੋਚਦੇ ਨਹੀਂ ਕਿ ਘਰ ਵਿੱਚ ਅਸੀਂ ਇਸ ਤਰ੍ਹਾਂ ਵੀ ਕਰ ਸਕਦੇ ਹਾਂ, ਅਗਰ ਕਿਸੇ ਦੇ ਘਰ ਵਿੱਚ, ਕਈ ਵਾਰ ਆਪਾਂ ਨੂੰ ਆ ਕੇ ਬਜ਼ੁਰਗ ਔਰਤਾਂ ਕਰਦੀਆਂ ਕਿ ਸਾਡੇ ਘਰ 'ਚ ਆਹ ਹੋ ਰਿਹਾ, ਸਾਡੀ ਬਹੂ ਆਹ ਕਰ ਰਹੀ ਆ, ਉਹਨਾਂ ਨੂੰ ਅਸੀਂ ਕਾਫੀ ਕੁਛ ਜੋ ਅੱਜ ਅਸੀਂ ਸਿੱਖਿਆ ਦੱਸ ਸਕਦੇ ਹਾਂ। ਕੀ ਹੋਰ ਤੁਸੀਂ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹਾਂਗੀ ਕਿ ਡਿਬੇਟ ਨਹੀਂ ਦੇਖੋ ਤੁਸੀਂ, ਇਹ ਦੇਖੋ ਇਹ ਡਿਸਕਸ਼ਨ ਸੀਗੀ, ਅਸੀਂ ਲਰਨ ਕੀ ਕੀਤਾ। ਹਾਂਜੀ, ਹੈ ਨਾ, ਇਹ ਕੀ ਕਹਿੰਦੇ ਆ ਇਸ ਪਲੈਟਫਾਰਮ 'ਤੇ ਆ ਕੇ ਡਿਸਕਸ਼ਨਸ ਦਾ ਜੇ ਆਪਣੀ ਸੋਚ ਕਰਨ ਦਾ ਤਾਂ ਹੀ ਫਾਇਦਾ ਜੇ ਅਸੀਂ ਇਸ ਤੋਂ ਸਿੱਖੀਏ। ਸਿੱਖਣਾ ਬਹੁਤ ਜ਼ਰੂਰੀ ਹੈ ਔਰ ਅੱਜ ਕੱਲ੍ਹ ਦੇ ਟਾਈਮ ਨਾਲ ਜਿੰਨਾ ਅਸੀਂ ਸਿੱਖੀਏ ਉਨਾ ਥੋੜ੍ਹਾ। ਹਾਂਜੀ, ਹੈ ਨਾ, ਕੀ ਕਹਿੰਦੇ ਆ ਸਿੱਖੀ ਗੱਲ ਤਾਂ ਕਿੱਥੇ ਵੀ ਨਹੀਂ ਹੋ ਜਾਂਦੀ ਔਰ ਵੱਡਿਆਂ ਕੋਲ ਵੀ ਆਪਣੇ ਐਕਸਪੀਰੀਅੰਸਿਸ ਹੈਗੇ, ਜਿਹੜੇ ਵੱਡੇ ਘਰਾਂ 'ਚ ਬਜ਼ੁਰਗ ਬੈਠੇ ਆ ਉਹਨਾਂ ਕੋਲ ਲਾਈਫ ਐਕਸਪੀਰੀਅੰਸਿਸ ਹੈ ਉਹਨਾਂ ਦੇ। ਦੇਖੋ, ਅਸੀਂ ਇਹ ਨਹੀਂ ਕਹਿ ਸਕਦੇ ਕਿ ਅੱਜ ਅਸੀਂ ਤਰੱਕੀ ਕਰ ਲਏ ਹਾਂ, ਪੁਰਾਣੇ ਜ਼ਮਾਨੇ 'ਚ ਜਦੋਂ ਘਰ ਇਕੱਠੇ ਹੁੰਦੇ ਸੀ ਉਦੋਂ ਇੱਕ
ਦੂਜੇ ਤੋਂ ਦਾਦੀ ਤੋਂ ਉਹਨਾਂ ਦੇ ਗ੍ਰੈਂਡ ਚਿਲਡਰਨ ਬੱਚੇ ਸਾਰੇ ਅੱਗੇ ਤੋਂ ਅੱਗੇ ਸਿੱਖਦੇ ਸੀ ਜੁਆਇੰਟ ਫੈਮਿਲੀ ਸੀ ਤੇ ਬਹੁਤ ਵਧੀਆ ਪਰਿਵਾਰ ਸੀ ਜਿੱਦਾਂ ਕਿ ਇੱਕ ਭੈਣ ਨੇ ਕਿਹਾ ਸੀ ਕਿ ਜਿਹੜੇ ਮੈਰਿਜਿਸ ਜਾਂ ਅਗਰ ਟਾਈਮ ਸਿਰ ਹੁੰਦੀਆਂ ਸੀ ਤੇ ਘਰ ਵਸ ਜਾਂਦੇ ਸੀ ਹੁਣ ਮੈਂ ਜਦੋਂ ਲੜਕੀਆਂ ਲੜਕੇ ਏਜ ਬੜੀ ਹੋ ਜਾਂਦੀ ਫਿਰ ਉਹਨਾਂ ਨੂੰ ਆਪਣੀ ਇੰਡੀਪੈਂਡੈਂਟ ਹੋ ਜਾਂਦੀ ਹੈ ਤੇ ਉਹ ਫਿਰ ਸੈਟਲ ਨਹੀਂ ਹੋਣਾ ਚਾਹੁੰਦੇ ਇਹ ਵੀ ਕਾਫੀ ਫਰਕ ਪੈ ਰਿਹਾ ਬਿਲਕੁਲ ਇੰਡੀਪੈਂਡੈਂਸ ਠੀਕ ਹੈ ਇੰਪੋਰਟੈਂਟ ਹੈ ਪਰ ਇੰਡੀਪੈਂਡੈਂਸ ਕਮਸ ਵਿਦ ਰਿਸਪੋਂਸਿਬਿਲਿਟੀ ਮੈਂ ਇਹ ਗੱਲ ਹਮੇਸ਼ਾ ਆਪਣੇ ਬੱਚੇ ਨੂੰ ਵੀ ਕਹੀ ਹੈ ਜੀ ਔਰ ਮੈਂ ਆਪਣੇ ਆਪ ਤੇ ਵੀ ਲਾਗੂ ਕੀਤੀ ਹੈ ਹਾਂਜੀ ਅਸੀਂ ਹੁਣ ਸਾਡਾ ਜੀ ਟਾਈਮ ਹੋ ਚੱਲਿਆ ਆ ਜਾਣੇ ਦਾ ਤੁਹਾਡੇ ਤੋਂ ਵਿਦਾ ਲੈਣੇ ਦਾ ਪ੍ਰੋਗਰਾਮ ਕਰਦੇ ਹਾਂ ਕੋਈ ਗਲਤੀ ਹੋ ਗਈ ਤਾਂ ਸਾਨੂੰ ਜੀ ਮਾਫ਼ ਕਰ ਦੇਣਾ ਅਗਲੇ ਹਫ਼ਤੇ ਅਸੀਂ ਤੁਹਾਨੂੰ ਇਸੇ ਜਗ੍ਹਾ 'ਤੇ ਫਿਰ ਮਿਲਾਂਗੇ ਤਾਂ ਸਾਡੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ